ਸਵਾਗਤ ਜੀ ਆਇਆਂ ਨੂੰ ਪਿਆਰ ਪ੍ਰਿਆਸ ਅਸੀਂ ਨਿੱਗਾ ਸਵਾਗਤ ਕਰਦੇ ਹਾਂ ਔਰ ਸਾਰਿਆਂ ਦਾ ਤੁਸੀਂ ਵੇਖ ਰਹੇ ਹੋ ਲਾਈਵ ਮਾਰਨਿੰਗ ਸ਼ੋਅ ਦੇ ਤਹਿਤ ਇੱਕ ਖੂਬਸੂਰਤ ਪ੍ਰੋਗਰਾਮ ਜਿਸ ਦਾ ਨਾਮ ਹੈ ਸੁਨੇਹੇ ਮੈਂ ਹਾਂ ਕਮਲਪ੍ਰੀਤ ਕੌਰ ਦਰਸ਼ਕੋ ਕਹਿੰਦੇ ਨੇ ਕਿ ਜ਼ਿੰਦਗੀ ਚੱਲਦੀ ਹੈ ਸਾਹਾਂ ਦੇ ਨਾਲ ਜ਼ਿੰਦਗੀ ਚੱਲਦੀ ਹੈ ਰਾਹਾਂ ਦੇ ਨਾਲ ਤੇ ਜ਼ਿੰਦਗੀ ਖੂਬਸੂਰਤ ਲੱਗਦੀ ਹੈ ਆਪਣਿਆਂ ਦੇ ਨਾਲ ਸਾਡੇ ਆਪਣੇ ਜਦੋਂ ਆਪਣੇ ਨਾਲ ਹੁੰਦੇ ਨੇ ਤਾਂ ਜ਼ਿੰਦਗੀ ਸੱਚੀ ਜ਼ਿੰਦਗੀ ਲੱਗਦੀ ਹੈ ਜ਼ਿੰਦਗੀ ਨੂੰ ਜਿਉਣ ਦਾ ਮਜ਼ਾ ਆ ਜਾਂਦਾ ਹੈ ਆਨੰਦ ਆ ਜਾਂਦਾ ਹੈ ਤੇ ਐਦਾਂ ਲੱਗਦਾ ਹੈ ਕਿ ਸੱਚੀ ਜ਼ਿੰਦਗੀ ਅਸੀਂ ਜੀ ਰਹੇ ਆ ਅਸੀਂ ਖੁਸ਼ ਆ ਅਸੀਂ ਖੁਸ਼ਹਾਲ ਆ ਆਪਣੇ ਆਲੇ ਦੁਆਲੇ ਦੇ ਵਿੱਚ ਅਸੀਂ ਜਦੋਂ ਖੁਸ਼ੀਆਂ ਵੰਡਦੇ ਆ ਨਾ ਤਾਂ ਸੱਚੀ ਲੱਗਦਾ ਹੈ ਕਿ ਸਾਨੂੰ ਜ਼ਿੰਦਗੀ ਨੂੰ ਅਸਲ ਦੇ ਵਿੱਚ ਜਿਉਣ ਦਾ ਹੁਣ ਤਰੀਕਾ ਆਇਆ ਹੈ ਕਈਆਂ ਦਾ ਸੁਭਾਅ ਹੁੰਦਾ ਹੈ ਖੁਸ਼ੀਆਂ ਵੰਡਣਾ ਕਈਆਂ ਦਾ ਸੁਭਾਅ ਹੁੰਦਾ ਹੈ ਹਾਸੇ ਵੰਡਣਾ ਤੇ ਕਹਿੰਦੇ ਨੇ ਕਿ ਭਾਗਾ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹੋ ਜਿਹੇ ਪਰਿਵਾਰ ਤੇ ਮੈਂਬਰ ਹੁੰਦੇ ਨੇ ਯਾਨੀ ਕਿ ਸਾਡੇ ਪਰਿਵਾਰ ਤੇ ਵਿੱਚ ਜਿਹੜੇ ਜੀ ਸ਼ਾਮਿਲ ਹੁੰਦੇ ਨੇ ਜਦੋਂ ਹੱਸਦੇ ਖੇਡਦੇ ਆ ਤੇ ਜਿਹੜੇ ਨਾਲ ਵਾਲੇ ਜੀ ਹੁੰਦੇ ਉਹਨਾਂ ਨੂੰ ਦੇਖ ਕੇ ਹੱਸਦੇ ਖੇਡਦੇ ਆ ਇਹੋ ਜਿਹੀ ਹੁੰਦੀ ਹੈ ਜ਼ਿੰਦਗੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਕਿ ਜਿਸ ਦੇ ਵਿੱਚ ਅਸੀਂ ਪਿਆਰ ਲੱਭਦੇ ਆ ਤੇ ਉਹ ਕਈ ਵਾਰ ਹੁੰਦਾ ਹੈ ਕਿ ਸਾਡੀਆਂ ਔਖੀਆਂ ਘੜੀਆਂ ਵੀ ਹੋ ਸਕਦੀਆਂ ਨੇ ਜਦੋਂ ਅਸੀਂ ਕਹਿੰਦੇ ਆ ਕਿ ਸਾਨੂੰ ਇੱਕ ਦੂਜੇ ਦਾ ਸਾਥ ਚਾਹੀਦਾ ਹੈ ਪਰ ਜਦੋਂ ਅਸੀਂ ਗੱਲ ਕਰਦੇ ਆ ਗਾਹੇ ਬਗਾਹੇ ਸਾਡੇ ਕੋਲ ਗਲਤੀਆਂ ਹੁੰਦੀਆਂ ਨੇ ਅਸੀਂ ਗਲਤੀਆਂ ਦੀ ਮਾਫੀ ਵੀ ਮੰਗਦੇ ਹਾਂ ਤੇ ਉਹ ਗਲਤੀਆਂ ਦੀ ਮਾਫੀ ਕਹਿੰਦੇ ਕਿ ਮਾ ਹਫਤਾ ਹੋ ਜਾਂਦੀਆਂ ਨੇ ਪਰ ਕਈ ਵਾਰ ਉਹ ਰਿਸ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਮਾੜਾ ਮੋਟਾ ਖਟਾਸ ਪੈਦਾ ਕਰ ਦਿੰਨੀਆਂ ਨੇ ਪਰ ਸਾਨੂੰ ਪਤਾ ਹੈ ਜਿਹੜੇ ਖੂਬਸੂਰਤ ਰਿਸ਼ਤੇ ਹੁੰਦੇ ਨੇ ਜੇਕਰ ਖਟਾਸ ਆ ਵੀ ਜਾਵੇ ਤਾਂ ਉਹ ਖਟਾਸ ਨੂੰ ਮਿਠਾਸ ਦੇ ਵਿੱਚ ਕਿੱਦਾਂ ਤੱਬੀ ਲਿਆ ਜਾਂਦਾ ਹੈ ਕਿੱਦਾਂ ਬਦਲਿਆ ਜਾਂਦਾ ਹੈ ਇਹ ਸਾਡੇ ਤੇ ਨਿਰਭਰ ਕਰਦਾ ਹੈ ਤੇ ਅਕਸਰ ਹੀ ਸਿਆਣੇ ਕਹਿੰਦੇ ਹੁੰਦੇ ਆ ਕਿ ਜੋੜਨ ਦੇ ਵਿੱਚ ਵਿਸ਼ਵਾਸ ਕਰੋ ਤੋੜਨ 'ਚ ਨਾ ਵਿਸ਼ਵਾਸ ਰੱਖੋ ਸੋ ਕਿਉਂਕਿ ਅਸੀਂ ਜਦੋਂ ਆਪਣੇ ਪਰਿਵਾਰ ਦੀ ਗੱਲ ਕਰਦੇ ਆ ਟੱਬਰਾਂ ਦੀ ਗੱਲ ਕਰਦੇ ਆ ਜੋੜ ਕੇ ਅਸੀਂ ਜਦੋਂ ਪਿਆਰ ਦੇ ਨਾਲ ਉਹਨਾਂ ਨੂੰ ਇੱਕ ਰੂਪ ਦੇ ਵਿੱਚ ਬੰਨਦੇ ਆ ਤਾਂ ਉਦੋਂ ਸੱਚੀ ਉਹ ਖੁਸ਼ ਜਿਹੜਾ ਹੈਗਾ ਸਾਡਾ ਮਾਹੌਲ ਬਣ ਜਾਂਦਾ ਹੈ ਉਹ ਖੁਸ਼ੀਆਂ ਸਾਡੇ ਕੋਲ ਆਉਂਦੀਆਂ ਨੇ ਸੋ ਖੁਸ਼ੀਆਂ ਅਸੀਂ ਵੀ ਤੁਹਾਨੂੰ ਦੇਣੀਆਂ ਨੇ ਤੇ ਖੁਸ਼ੀਆਂ ਕਿਹੜੀਆਂ ਸਾਡੇ ਸੁਨੇਹੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਤੁਹਾਡੇ ਆਪਣੇ ਪਿਆਰਿਆਂ ਦੇ ਸੁਨੇਹੇ ਭੇਜੇ ਨੇ ਚਲੋ ਫਿਰ ਸ਼ੁਰੂਆਤ ਕਰਦੇ ਆ ਅੱਜ ਜਿਨ੍ਹਾਂ ਨੂੰ ਅਸੀਂ ਜਨਮ ਦਿਨ ਦੀ ਮੁਬਾਰਕਬਾਦ ਦੇਣੀ ਹੈ ਉਹਨਾਂ ਦੀ ਟੀਵੀ ਸਕਰੀਨ ਤੇ ਅਸੀਂ ਫੋਟੋ ਦੇਖਦੇ ਆ ਤੇ ਮੇਰੇ ਕੋਲ ਲਿਸਟ ਦੇ ਵਿੱਚ ਸਭ ਤੋਂ ਪਹਿਲਾ ਨਾਮ ਹੈ 1 ਤਰੀਕ ਅੱਜ ਦੇ ਦਿਨ ਯਾਨੀ ਕਿ ਅਗਸਤ ਦਾ ਪਹਿਲਾ ਦਿਨ ਅਗੰਬੀਰ ਸਿੰਘ ਸੰਦੂ ਨੂੰ ਅਸੀਂ ਮੁਬਾਰਕਾ ਦਿੰਨੇ ਆਂ ਔਰ ਇਹਨਾਂ ਨੂੰ ਮੁਬਾਰਕਾ ਭੇਜਣ ਵਾਲੇ ਨੇ ਅ ਨਵਦੀਪ ਸਿੰਘ ਸੰਦੂ ਉਹਨਾਂ ਦੇ ਚੌਥੇ ਬਰਥਡੇ ਤੇ ਉਹਨਾਂ ਨੂੰ ਵਿਸ਼ੀਸ ਪੇਜ ਰਹੇ ਨੇ ਉਹਨਾਂ ਦੇ ਦਾਦੀ ਉਹਨਾਂ ਦੇ ਦਾਦਾ ਜੀ ਤੇ ਸਾਰੇ ਹੀ ਫੈਮਿਲੀ ਮੈਂਬਰ ਤੇ ਇਹ ਸਾਰਿਆਂ ਦੇ ਵੱਲੋਂ ਜਿਹੜੀਆਂ ਮੁਬਾਰਕਾ ਭੇਜੀਆਂ ਨੇ ਸੋ ਸਾਡੇ ਵੱਲੋਂ ਵੀ 13 ਸਾਰੀਆਂ ਮੁਬਾਰਕਾਂ ਔਰ 1 ਅਗਸਤ ਸਾਰਿਆਂ ਨੂੰ ਇਹ ਮਹੀਨਾ ਮੁਬਾਰਕ ਹੋਵੇ ਇਹ ਮਹੀਨੇ ਦੀਆਂ ਖੁਸ਼ੀਆਂ ਤੁਹਾਨੂੰ ਸਾਰਿਆਂ ਨੂੰ ਮਿਲਣ ਔਰ ਅਗੰਵੀਰ ਨੂੰ ਢੇਰ ਸਾਰੀਆਂ ਮੁਬਾਰਕਾਂ ਅਗੰਵੀਰ ਬਹੁਤ ਬਹੁਤ ਖੂਬ ਤਰੱਕੀਆਂ ਕਰੋ ਪੜ੍ਹਾਈਆਂ ਕਰੋ ਔਰ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਅਗਲੇ ਮੁਬਾਰਕ ਬਾਦ ਇੱਕ ਤਰੀਕ ਦੀ ਅਸੀਂ ਦੇਣੀ ਹੈ ਤਨੂ ਤੇ ਮਨੂ ਨੂੰ ਸੋ ਮੁਬਾਰਕਾਂ ਪੇਜੀਆਂ ਨੇ ਉਹਨਾਂ ਦੇ ਫਾਦਰ ਸਾਹਿਬ ਅਸ਼ਵਨੀ ਕੁਮਾਰ ਤੇ ਮੰਮੀ ਪ੍ਰੰਕਾ ਤਾਇਆ ਤਾਈ ਜੀ ਨੇ ਭਰਾ ਜਤਿਨ ਤੇ ਪ੍ਰਿੰਸ ਸਿਸਟਰ ਰੀਤੂ ਤੇ ਨੈਂਸੀ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਤਨੂ ਤੇ ਮਨੂ ਨੂੰ ਢੇਰ ਸਾਰੀਆਂ ਮੁਬਾਰਕਾਂ ਦੋਨਾਂ ਪਿਆਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਦੋਨਾਂ ਨੂੰ ਖੁਸ਼ੀਆਂ ਦੇਵੇ ਪ੍ਰਮਾਤਮਾ ਔਰ ਕਹਿੰਦੇ ਨੇ ਕਿ ਘਰ ਦੇ ਵਿੱਚ ਇੱਕ ਜਨਮ ਦਿਨ ਹੋਵੇ ਤਾਂ ਚਾਹ ਸੱਚੀ ਧਰਤੀ ਪੱਬ ਨਹੀਂ ਲੱਗਦੇ ਤੇ ਜੇਕਰ ਦੋ ਦੋ ਜਨਮ ਦਿਨ ਹੋਣ ਤਾਂ ਫਿਰ ਕੀ ਹੋਏਗਾ ਅਸਮਾਨ ਦੇ ਵਿੱਚ ਉਡਾਰੀਆਂ ਹੁੰਦੀਆਂ ਨੇ ਖੁਸ਼ੀਆਂ ਹੁੰਦੀਆਂ ਨੇ ਆਨੰਦ ਹੁੰਦਾ ਸੋ ਸਾਰਿਆਂ ਨੂੰ ਢੇਰ ਸਾਰੀਆਂ ਮੁਬਾਰਕਾਂ ਅਗਲੀ ਮੁਬਾਰਕਬਾਦ 1 ਅਗਸਤ ਦੀ ਅਸੀਂ ਦੇਣੀ ਹੈ ਰਮਨਦੀਪ ਸਿੰਘ ਨੂੰ ਜਸਵੀਰ ਕੌਰ ਉਹਨਾਂ ਦੀ ਧਰਮ ਪਤਨੀ ਪੇਜ ਰਹੀ ਹੈ ਮੁਬਾਰਕਾਂ ਕੁਲਦੀਪ ਕੌਰ ਜਗਿੰਦਰ ਸਿੰਘ ਉਹਨਾਂ ਦੇ ਫਾਦਰ ਤੇ ਉਹਨਾਂ ਦੀ ਮਦਰਨ ਲਾ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਦਾਦੀ ਜੀ ਰੇਸ਼ਮ ਕੌਰ ਸੁਰਜੀਤ ਸਿੰਘ ਕੁਲਵੰਤ ਕੌਰ ਪਾਪਾ ਮੰਮੀ ਤੇ ਸਾਰੇ ਹੀ ਫੈਮਲੀ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਰਮਨਦੀਪ ਸਿੰਘ ਜੀ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ ਡੀਡੀ ਪੰਜਾਬੀ ਵੱਲੋਂ ਵੀ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਮਿਹਨਤ ਕਰਨ ਦਾ ਬਲ ਬਖਸ਼ਿਸ਼ ਕਰੇ ਔਰ ਤੁਸੀਂ ਜਿੰਨੇ ਵੀ ਸੁਪਨੇ ਵੇਖੇ ਨੇ ਪਰਮਾਤਮਾ ਜਲਦ ਪੂਰਾ ਕਰੇ ਅਗਲੀ ਮੁਬਾਰਕਬਾਦ ਗੁਰਮਿੰਦਰ ਸਿੰਘ ਨੂੰ ਅਸੀਂ ਦੇਣੀਆਂ ਨੇ ਔਰ 1 ਅਗਸਤ ਨੂੰ ਜਨਮ ਦਿਨ ਹੈ ਸਰਦਾਰੀ ਹਮੇਸ਼ਾ ਕਾਇਮ ਰਹੇ ਸੁਟੇਰ ਸਾਰੀਆਂ ਮੁਬਾਰਕਾ ਅਮਰਜੀਤ ਕੌਰ ਤੇ ਤਰਲੋਚਨ ਸਿੰਘ ਤੁਹਾਡੇ ਮੰਮੀ ਪਾਪਾ ਮੁਬਾਰਕਾਂ ਭੇਜ ਰਹੇ ਨੇ ਜਸਪ੍ਰਿਤ ਕੌਰ ਤੇ ਮਨਦੀਪ ਕੌਰ ਦੇ ਵੱਲੋਂ ਇਸ प्यारे ਜਪਰਾਣੋ ਢੇਰ ਸਾਰੀਆਂ ਮੁਬਾਰਕਾਂ ਭੇਜੀਆਂ ਨੇ ਸੁਪੈਣਾ ਵੱਲੋਂ ਵੀ ਮੁਬਾਰਕਾਂ ਮਾਪੇ ਵੱਲੋਂ ਮੁਬਾਰਕਾਂ ਔਰ ਸਾਡੇ ਡੀਡੀ ਪੰਜਾਬੀ ਵੱਲੋਂ ਵੀ ਢੇਰ ਸਾਰੀਆਂ ਤੁਹਾਨੂੰ ਮੁਬਾਰਕਾਂ ਅਗਲੀ ਮੁਬਾਰਕਬਾਦ ਨਵਦੀਪ ਸਿੰਘ ਨੂੰ ਅਸੀਂ ਦੇ ਰਹੇ ਹਾਂ 1 ਅਗਸਤ ਨੂੰ ਜਿਨ੍ਹਾਂ ਦਾ ਜਨਮ ਦਿਨ ਹੈ ਔਰ ਨਵਦੀਪ ਤੁਹਾਨੂੰ ਮੁਬਾਰਕਾਂ ਭੇਜੀਆਂ ਨੇ ਤੁਹਾਡੀ ਮੰਮੀ ਪਾਪਾ ਨੇ ਨੀਤੂ ਤੇ ਸੋਨੂ ਤੁਹਾਡੇ ਦਾਦੀ 인ਦਰਜੀਤ ਤੇ ਤੁਹਾਡੇ ਬ੍ਰਦਰ ਅੰਚ ਤੇ ਮਾਮਾ ਗੁਰਪ੍ਰੀਤ ਨੇ ਤੁਹਾਨੂੰ ਮੁਬਾਰਕਾਂ ਭੇਜੀਆਂ ਨੇ ਬਚਪਨ ਦੀਆਂ ਤਸਵੀਰਾਂ ਸੱਚੀ ਜਦੋਂ ਅਸੀਂ ਦੇਖਦੇ ਆ ਸਾਨੂੰ ਬਚਪਨ ਚੇਤੇ ਆਉਂਦਾ ਹੈ ਨਾਲ ਦੀ ਨਾਲ ਕੀਤੀਆਂ ਹੋਈਆਂ ਸ਼ਰਾਰਤਾਂ ਨਾਲ ਦੀ ਨਾਲ ਸਿੱਖੀਆਂ ਹੋਈਆਂ ਸਭ ਗੱਲਾਂ ਉਹ ਵੀ ਯਾਦ ਆਉਂਦੀਆਂ ਨੇ ਤੁਕਿਸ ਨੇ ਖੂਬਸੂਰਤੀ ਕਿਹਾ ਸੀ ਕਿ ਇਹ ਇੱਕ ਬਚਪਨ ਜਿਹੜਾ ਹੁੰਦਾ ਹੈ ਨਾ ਕੱਚੀ ਮਿੱਟੀ ਦੀ ਤਰ੍ਹਾਂ ਹੁੰਦਾ ਹੈ ਜਿੱਦਾਂ ਦਾ ਜਿੰਦੂ ਵੀ ਰੂਪ ਢਾਲਣਾ ਚਾਹੁੰਦੇ ਹੋ ਤੇ ਢਾਲ ਸਕਦੇ ਹੋ ਅਗਲੀ ਮੁਬਾਰਕਬਾਦ ਅਸੀਂ ਦੇਣੀ ਹੈ ਸੰਦੀਪ ਕੌਰ ਤੇ ਵਿੱਕੀ ਨੂੰ ਵਿਆਹ ਦੀ ਵਰੇਗਣ ਦੀਆਂ ਮੁਬਾਰਕਾਂ ਅਸੀਂ ਦੇਣੀਆਂ ਨੇ ਔਰ ਢੇਰ ਸਾਰੀਆਂ ਮੁਬਾਰਕਾਂ ਵਿੱਕੀ ਤੇ ਸੰਦੀਪ ਕੌਰ ਨੂੰ ਮਾਮਾ ਸ਼ੇਰ ਸਿੰਘ ਮੁਬਾਰਕਾ ਪੇਜ ਰਹੇ ਨੇ ਅਮਰੀਕ ਸਿੰਘ ਮਾਮੀ ਜੀ ਕਰਮਜੀਤ ਕੌਰ ਬਲਜਿੰਦਰ ਕੌਰ ਨਾਨੀ ਜੀ ਬੀਬੀ ਤੇਜ ਕੌਰ ਪੈਣਾ ਜਸਪ੍ਰੀਤ ਕੌਰ ਅਮਨਪ੍ਰੀਤ ਕੌਰ ਰਮਨਪ੍ਰੀਤ ਕੌਰ ਤੇ ਪ੍ਰਮਾਨਿੰਦਰ ਸਿੰਘ ਤੇ ਜਸਨੂਰ ਸਿੰਘ ਦੇ ਵੱਲੋਂ ਆਈਆਂ ਨੇ ਮੁਬਾਰਕਾਂ ਇਸ ਖੂਬਸੂਰਤ ਜੋੜੀ ਨੂੰ ਜ਼ਿੰਦਗੀ ਹਮੇਸ਼ਾ ਖੂਬਸੂਰਤ ਬਣੀ ਰਹੇ ਤੁਹਾਡੀ ਤੁਸੀਂ ਇੱਕ ਦੂਸਰੇ ਦਾ ਸਾਥ ਨਿਭਾਉਂਦੇ ਰਹੋ ਔਰ ਅਗਲੀ ਮੁਬਾਰਕਬਾਦ ਫਿਰ ਅਸੀਂ ਵਿਆਦੀ ਵਰੇ ਗਣਦੀਆਂ ਦੇਣੀਆਂ ਨੇ ਮੁਬਾਰਕਾ ਔਰ 1 ਅਗਸਤ ਨੂੰ ਜਨਦਾ ਜਨਮ ਦਿਨ ਹੈ ਔਰ ਸਾਹਿਲ ਸਿਦਾਨਾ ਤੇ ਸ਼ੈਲੀ ਸਿਦਾਨਾ ਨੂੰ ਅਸੀਂ ਮੁਬਾਰਕਾ ਦੇ ਰਹੇ ਹਾਂ ਆਹ ਰੇ ਖੂਬਸੂਰਤ ਜੋੜੀ ਨੂੰ ਮੁਬਾਰਕਾਂ ਪਹੁੰਚੀਆਂ ਨੇ ਉਹਨਾਂ ਦੇ ਫਾਦਰ ਸਾਹਿਬ ਕੇਵਲ ਕ੍ਰਿਸ਼ਨ ਤੇ ਉਹਨਾਂ ਦੇ ਮੰਮੀ ਸੁਨੀਤਾ ਰਾਣੀ ਤੇ ਉਹਨਾਂ ਦੇ ਪ੍ਰਾਰੋਹਿਤ ਸਿਦਾਨਾ ਤੇ ਕ੍ਰਿਸ਼ਨ ਕ੍ਰਿਸ਼ਾ ਸਿਦਾਨਾ ਦੇ ਵੱਲੋਂ ਉਹਨਾਂ ਦੀ ਬੇਟੀ ਵੇ ਵੱਲੋਂ ਆਈਆਂ ਨੇ ਫਾਦਰ ਸ਼ਿੰਦਰਜੀਤ ਤਵਨ ਤੇ ਨਿਰਮਲ ਕੁਮਾਰੀ ਅੰਕੁਸ਼ ਤਵਨ ਤੇ ਨਵਨੀਤ ਤਵਨ ਦੇ ਵੱਲੋਂ ਵੀ ਮੁਬਾਰਕਾਂ ਆਈਆਂ ਨੇ ਪਰਿਵਾਰ ਦੇ ਸਾਰੇ ਜੀਆਂ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਸੱਚੀ ਕਹਿੰਦੇ ਆ ਕਿ ਜਿਹੜੀ ਇਹ ਜ਼ਿੰਦਗੀ ਦੀ ਗੱਡੀ ਆ ਨਾ ਜੇਕਰ ਇੱਕ ਵੀ ਪਈਆ ਇੱਧਰ ਉੱਧਰ ਹੋ ਜਾਵੇ ਤਾਂ ਉਹ ਸਹੀ ਤਰੀਕੇ ਨਾਲ ਨਹੀਂ ਚੱਲਦੀ ਤੇ ਅਸੀਂ ਦੁਆਵਾਂ ਦਿੰਦੇ ਹਾਂ ਕਿ ਹਮੇਸ਼ਾ ਤੁਹਾਡੀ ਜ਼ਿੰਦਗੀ ਦੀ ਖੂਬਸੂਰਤ ਰਫ਼ਤਾਰ ਦੇ ਵਿੱਚ ਗੱਡੀ ਚੱਲਦੀ ਰਹੇ ਔਰ ਤੁਸੀਂ ਬਹੁਤ ਸਾਰੀਆਂ ਮੰਜ਼ਲਾਂ ਨੂੰ ਜਿਹੜੀਆਂ ਹੈਗੀਆਂ ਉਹ ਪਾਓ ਔਰ ਅਗਲੀ ਮੁਬਾਰਕਬਾਦ ਜਸ਼ ਗਗਨਦੀਪ ਨੂੰ ਅਸੀਂ ਦੇਣੀ ਹੈ 2 ਤਰੀਕ ਨੂੰ ਜਸ਼ ਗਗਨ ਤੇ ਸਾਰੀਆਂ ਮੁਬਾਰਕਾਂ ਮਾਤਾ ਪਿਤਾ ਪ੍ਰਾਰੋਹਿਤ ਅਤੇ ਦੀਪਕ ਵੱਲੋਂ ਮੁਬਾਰਕਾਂ ਆਈਆਂ ਨੇ ਔਰ ਪਰ ਪਰ ਕੇ ਮੁਬਾਰਕਾਂ ਅਸੀਂ ਵੀ ਤੁਹਾਨੂੰ ਭੇਜ ਰਹੇ ਹਾਂ ਔਰ ਕਹਿੰਦੇ ਨੇ ਕਿ ਕੁੜੀਆਂ ਜਦੋਂ ਯਸ਼ ਕਮਾਉਂਦੀਆਂ ਨੇ ਦਾ ਦੋਨਾਂ ਟੱਬਰਾਂ ਨੂੰ ਬੜਾ ਹੀ ਮਾਣ ਹੁੰਦਾ ਹੈ ਸਾਨੂੰ ਵੀ ਮਾਣ ਹੈ ਇਹੋ ਜੀਆਂ ਧੀਆ ਉੱਤੇ ਔਰ ਤੁਸੀਂ ਪਰਮਾਤਮਾ ਨੇ ਜੋ ਤੁਸੀਂ ਸੁਪਨੇ ਵੇਖੇ ਨੇ ਜਲਦ ਹੀ ਪੂਰਾ ਕਰੇ ਅਗਲੀ ਮੁਬਾਰਕਬਾਦ ਅਸੀਂ ਦੇਣੀ ਹੈ ਗੁਰਪ੍ਰੀਤ ਨੂੰ ਗੁਰਾਂ ਦੇ ਨਾਲ ਪ੍ਰੀਤ ਮੰਮੀ ਪਾਪਾ ਤੇ ਵੱਡੇ ਭਰਾ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਖਾਸ ਕਰਕੇ ਉਹਨਾਂ ਨੇ ਭੇਜਿਆ ਹੋਇਆ ਹੈ ਕਿ ਢੇਰ ਸਾਰੀਆਂ ਦੁਆਵਾਂ ਸਾਡੀ ਇਸ ਬੱਚੀ ਨੂੰ ਔਰ ਅਸੀਂ ਵੀ ਗੁਰਪ੍ਰੀਤ ਜੀ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੰਦੇ ਆ ਔਰ ਖੂਬਸੂਰਤ ਜਿਹੜੇ ਹੁੰਦੇ ਨੇ ਖਿਆਲ ਹੁੰਦੇ ਨੇ ਖੂਬਸੂਰਤ ਕਹਿੰਦੇ ਕਿ ਚਮੜੀ ਨਹੀਂ ਹੁੰਦੀ ਉਸਦੇ ਖਿਆਲ ਹੁੰਦੇ ਨੇ ਖੂਬਸੂਰਤਤਾ ਸਾਡੇ ਖਿਆਲ ਸਾਨੂੰ ਬਣਾ ਦਿੰਦੇ ਨੇ ਔਰ ਜਿੱਥੇ ਖੂਬਸੂਰਤੀ ਖਿਆਲਾਂ ਦੀ ਹੋਵੇ ਨਾ ਉੱਥੇ ਆਪਣੇ ਆਪ ਹੀ ਆਲੇ ਦੁਆਲੇ ਦਾ ਮਾਹੌਲ ਵੀ ਖੂਬਸੂਰਤ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਖੂਬਸੂਰਤੀ ਕਾਇਮ ਰਹੇ ਔਰ ਅਰਪਨਦੀਪ ਸਿੰਘ ਵਿਰਕ ਨੂੰ ਅਸੀਂ 2 ਤਰੀਕ ਦੀਆਂ ਮੁਬਾਰਕਾਂ ਦੇ ਰਿਹਾ ਉਹਨਾਂ ਦੇ ਜਨਮ ਦਿਨ ਦੀਆਂ ਫਾਦਰ ਸਾਹਿਬ ਨੇ ਮੁਬਾਰਕਾ ਭੇਜਿਆ ਨੇ ਹਰਵਲ ਸਿੰਘ ਵਿਰਕ ਔਰ ਰਜਵੰਤ ਕੌਰ ਉਹਨਾਂ ਦੇ ਮੰਮੀ ਔਰ ਉਹਨਾਂ ਦੇ ਜਿਹੜੇ ਭੈਣ ਨੇ ਮੁਬਾਰਕਾ ਭੇਜਿਆ ਨੇ ਹਰਮੀਤ ਕੌਰ ਵਿਰਕ ਦਾਦਾ ਦਾਦੀ ਵੱਲੋਂ ਮੁਬਾਰਕਾ ਨੇ ਨਾਨਕਾ ਪਰਿਵਾਰ ਤੇ ਸਾਰੇ ਹੀ ਪਰਿਵਾਰ ਦੇ ਵਿੱਚ ਜਿੰਨੇ ਵੀ ਜੀ ਸ਼ਾਮਿਲ ਨੇ ਉਹ ਮੁਬਾਰਕਾ ਭੇਜ ਰਹੇ ਨੇ ਅਰਪੰਦੀਪ ਬਹੁਤ ਸਾਰੀਆਂ ਮੁਬਾਰਕਾ ਸਾਡੇ ਵੱਲੋਂ ਵੀ ਔਰ ਜੇ ਸਜਵਾਨੀ ਦੇ ਦੌਰ ਦੇ ਵਿੱਚ ਤੁਸੀਂ ਉਹ ਕਹਿੰਦੇ ਨੇ ਕਿ बड़े सपने ਹੁੰਦੇ ਨੇ ਬੜੀਆਂ ਖੁਆਇਸ਼ਾਂ ਹੁੰਦੀਆਂ ਨੇ ਬੜੀਆਂ ਮਤਲਬ ਮਨ ਮਚਲਦਾ ਹੈ ਚੰਚਲ ਹੁੰਦਾ ਹੈ ਲੱਗਦਾ ਇੱਕ ਮਿੰਟ ਦੇ ਵਿੱਚ ਅਸੀਂ ਇੱਥੇ ਆ ਇੱਕ ਮਿੰਟ ਦੇ ਵਿੱਚ ਉੱਥੇ ਆ ਇਹ ਸਭ ਦੇ ਜੀਵਨ ਦੇ ਵਿੱਚ ਆਉਂਦਾ ਹੈ ਇਹ ਸਮਾਂ ਪਰ ਬਹੁਤ ਖੂਬਸੂਰਤ ਹੁੰਦੇ ਨੇ ਉਹ ਸਮੇਂ ਜਿਹੜੇ ਕਿ ਅਸੀਂ ਜਿਨ੍ਹਾਂ ਨੂੰ ਬਹੁਤ ਖੂਬਸੂਰਤੀ ਦੇ ਨਾਲ ਨਿਭਾਉਂਦੇ ਆ ਕੁਝ ਵੀ ਹੋਵੇ ਕੋਈ ਵੀ ਰਿਸ਼ਤਾ ਹੋਵੇ ਸਾਡਾ ਔਰ ਜਦੋਂ ਅਸੀਂ ਇਹਨਾਂ ਸਭ ਚੀਜ਼ਾਂ ਨੂੰ ਇੱਕ ਸੰਜੋਗ ਇੱਕ ਯੋਜਨਾਬੰਦੀ ਦੇ ਨਾਲ ਕਰਦੇ ਆ ਸਾਰੇ ਕੰਮਾਂ ਨੂੰ ਨੇਪਰੇ ਚਾੜਦੇ ਆ ਤੇ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਔਰ ਇਹ ਮੁਬਾਰਕਾਂ ਅਗਲੀਆਂ ਜਿਹੜੀਆਂ ਅਸੀਂ ਦੇਣੀਆਂ ਨੇ ਉਹ ਹਰਪਾਲ ਸਿੰਘ ਚੰਦੀ ਹੋਰਾਂ ਨੂੰ ਦੇਣੀਆਂ ਨੇ ਦੋ ਤਰੀਕ ਜਿਹਨਾਂ ਦਾ ਜਨਮ ਦੇਣਾ ਹੈ ਔਰ ਇਹਨਾਂ ਨੂੰ ਮੁਬਾਰਕਾਂ ਭੇਜਿਆ ਨੇ ਇਹਨਾਂ ਦੇ ਮਾਤਾ ਜੀ ਦਵਿੰਦਰ ਕੌਰ ਹੋਰਾ ਵੱਲੋਂ ਔਰ ਇਹਨਾਂ ਦੇ ਫਾਦਰ ਸਾਹਿਬ ਲਖਵੀਰ ਸਿੰਘ ਤੇ ਭਰਾ ਰਸ਼ਪਾਲ ਸਿੰਘ ਭਾਬੀ ਰੀਤਾ ਚੰਦੀ ਤੇ ਡਾਕਟਰ ਹਰ ਸਿਮਰਤ ਕੌਰ ਪਤੀ ਜੇ ਦਿਲਸ਼ੇਰ ਗੁਰਤਾਜ ਤੇ ਇਹਨਾਂ ਦੀ ਵਾਈਫ ਅਰਵਿੰਦਰ ਕੌਰ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਹਰਪਾਲ ਸਿੰਘ ਚੰਦੀ ਸਾਨੂੰ ਤੁਹਾਨੂੰ ਟੀਰ ਸਾਰੀਆਂ ਮੁਬਾਰਕਾਂ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਪਰਿਵਾਰ ਦੇ ਜੀਆ ਦੀ ਫੋਟੋਆਂ ਸ਼ਾਮਿਲ ਕਰਦੇ ਹਾਂ ਉਹਨਾਂ ਨੂੰ ਜਿਹੜੀਆਂ ਦੁਆਵਾਂ ਭੇਜੀਆਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਤੁਹਾਡੇ ਤੱਕਰ ਪਹੁੰਚਦਾ ਕਰਦੇ ਹਾਂ ਔਰ ਤੁਹਾਨੂੰ ਦੁੱਗਣੀ ਖੁਸ਼ੀ ਹੁੰਦੀ ਹੋਏਗੀ ਕਿਉਂਕਿ ਇੱਕ ਸਪੈਸ਼ਲ ਡੇ ਬਣ ਜਾਂਦਾ ਹੈ ਉਹ ਵਾਲਾ ਦਿਨ ਜਦੋਂ ਜਨਮ ਦਿਨ ਦੀਆਂ ਸਪੈਸ਼ਲ ਮੁਬਾਰਕਾਂ ਭੇਜੀ ਜਾਂਦੀਆਂ ਨੇ ਸਾਡੇ ਵੱਲੋਂ ਇਹੀ ਕੋਸ਼ਿਸ਼ ਹੁੰਦੀ ਹੈ ਔਰ ਤੁਹਾਨੂੰ ਖੂਬਸੂਰਤੀ ਦੇ ਨਾਲ ਅਸੀਂ ਮੁਬਾਰਕਾਂ ਦਈਏ 2 ਤਰੀਕ ਜਨਮ ਦਿਨ ਐ ਕਮਲਦੀਪ ਸਿੰਘ ਨੋਨੀ ਦਾ ਔਰ ਕਮਲਦੀਪ ਸਿੰਘ ਨੋਨੀ ਤੁਹਾਨੂੰ ਮੁਬਾਰਕਾਂ ਭੇਜੀਆਂ ਨੇ ਜਸਪ੍ਰੀਤ ਅਕਾਲਗੜ ਤੋਂ ਔਰ ਹੋਲ ਫੈਮਲੀ ਜਿਹੜੀ ਕਿ ਤੁਹਾਨੂੰ ਮੁਬਾਰਕਾਂ ਭੇਜ ਰਹੀ ਹੈ ਅਕਾਲਗੜ ক্রিকেট ਟੀਮ ਦੇ ਵੱਲੋਂ ਮੁਬਾਰਕਾਂ ਨੇ ਕੀ ਬਾਤ ਹੈ ਤੁਸੀਂ ਤਾਂ ਖਿਡਾਰੀ ਹੋ ਔਰ ਖਿਡਾਰੀਆਂ ਨੂੰ ਪਰਮਾਤਮਾ ਸੱਚੀ ਕਿ ਬਹੁਤ ਹੀ ਵੱਡ ਮੁੱਲੀ ਦਾਤ ਬਖਸ਼ਦਾ ਹੈ ਕਿਉਂਕਿ ਜਦੋਂ ਖਿਡਾਰੀ ਜਾਨਦੇ ਨੇ ਦੇਸ਼ ਦਾ ਨਾਮ ਰੌਸ਼ਨ ਕਰਦੇ ਨੇ ਜਿਦਾ ਅਸੀਂ ਵੀ ਜਾਣਦੇ ਆ 올림픽 ਖੇਡਾਂ ਚੱਲ ਰਹੀਆਂ ਨੇ ਸਾਰੇ ਦੁਆਵਾਂ ਦੇ ਰਹੇ ਨੇ ਅਸੀਂ ਵੀ ਚਾਹੁੰਦੇ ਆ ਕਿ ਤੁਸੀਂ ਵੀ ਇੱਕ ਬਹੁਤ ਹੀ ਖੂਬਸੂਰਤ ਆਪਣੀ ਟੀਮ ਦੇ ਵਿੱਚ ਇੱਕ ਚਮਕਦੇ ਸਿਤਾਰੇ ਬਣੋ ਔਰ ਮੁਬਾਰਕਾ ਤੁਹਾਨੂੰ ਆ ਨਵੀਨ ਕੁਮਾਰ ਨੂੰ ਅਸੀਂ ਮੁਬਾਰਕਾ ਦੇ ਰਿਹਾ 2 ਤਰੀਕ ਜਿਹਨਾਂ ਦਾ ਜਨਮ ਦਿਨ ਹੈ ਮੰਮੀ ਪਾਪਾ ਵੱਲੋਂ ਮੁਬਾਰਕਾਂ ਆਈਆਂ ਨੇ ਔਰ ਆ ਪ੍ਰਾ ਬਲਵੀਰ ਸਿੰਘ ਪਰਜਾਈ ਕਮਲਜੀਤ ਕੌਰ ਪਤਨੀ ਨੀਤੂ ਬੇਟੀ ਨੁਕਤਾ ਬੇਟਾ ਰਿਆਨ ਪਤੀਜਾ ਅਮਰਿੰਦਰ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਨਵੀਨ ਕੁਮਾਰ ਜੀ 30 ਸਾਰੀਆਂ ਮੁਬਾਰਕਾਂ ਫਰਮਾਤਮਾ ਹਮੇਸ਼ਾ ਉਹਨਾਂ ਮੋਢਿਆਂ ਨੂੰ ਉਹਨਾਂ ਹੱਥਾਂ ਨੂੰ ਉਹਨਾਂ ਦਿਮਾਗ ਨੂੰ ਕਾਇਮ ਰੱਖੇ ਜਿਸ ਦੇ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਚਲਾ ਰਹੇ ਹੋ ਔਰ ਪਰਿਵਾਰ ਨੂੰ ਇੱਕ ਚੰਗੀ ਰੂਪਰੇਖਾ ਦੇ ਰਹੇ ਹੋ ਅਗਲੀ ਮੁਬਾਰਕਬਾਦ ਅਸੀਂ ਦੇਣੀ ਹੈ ਮਨਦੀਪ ਸਿੰਘ ਗਿੱਲ ਨੂੰ 2 ਤਰੀਕ ਜਨਮ ਦਿਨ ਹੈ ਦੋਸਤ ਜਗਸੀਰ ਸਿੰਘ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਤੇ ਗੋਪੀ ਗਿੱਲ ਦੇ ਵੱਲੋਂ ਵੀ ਮੁਬਾਰਕਾਂ ਆਈਆਂ ਨੇ ਸੱਚੀ ਕਹਿੰਦੇ ਨੇ ਕਿ ਰਿਸ਼ਤੇ ਜਿਹੜੇ ਖੂਨ ਦੇ ਨਾਲ ਬਣੇ ਹੁੰਦੇ ਨੇ ਤੇ ਕੁਝ ਰਿਸ਼ਤੇ ਸਾਨੂੰ ਪਿਆਰ ਦੇ ਨਾਲ ਮਿਲਦੇ ਨੇ ਉਹਨਾਂ ਵਿੱਚ ਦੋਸਤੀ ਦਾ ਬਹੁਤ ਹੀ ਖੂਬਸੂਰਤ ਰਿਸ਼ਤਾ ਹੁੰਦਾ ਹੈ ਅਸੀਂ ਹਰ ਸਾਲ ਆਪਣਾ ਜਿਹੜਾ ਫਰੈਂਡਸ਼ਿਪ ਡੇ ਮਨਾਉਂਦੇ ਆ ਪਰ ਮੈਨੂੰ ਲੱਗਦਾ ਜਿਨ੍ਹਾਂ ਕੋਲ ਇੰਨੇ ਖੂਬਸੂਰਤ ਦੋਸਤ ਹੋਣ ਤਾਂ ਹਰ ਰੋਜ਼ ਹਰ ਪਲ ਜਿਹੜਾ ਹੈ ਆਪਣਾ ਦੋਸਤੀ ਦਿਵਸ ਮਨਾਉਂਦਾ ਹੈ ਔਰ ਇਨ੍ਹਾਂ ਦੋਸਤਾਂ ਵੱਲੋਂ ਮੁਬਾਰਕਾ ਤੇ ਸਾਡੇ ਵੱਲੋਂ ਵੀ ਢੇਰ ਸਾਰੀਆਂ ਮੁਬਾਰਕਾ ਪ੍ਰਮਾਤਮਾ ਇਸੇ ਤਰ੍ਹਾਂ ਹੀ ਤੁਹਾਡਾ ਪਿਆਰ ਆਪਸ ਵਿੱਚ ਹੀ ਬਣਾਈ ਰੱਖੇ ਅ ਬਲਜੀਤ ਕੌਰ ਨੂੰ ਅਸੀਂ ਮੁਬਾਰਕਾਂ ਦੇਣੀਆਂ ਨੇ 2 ਅਗਸਤ ਦਿਨਾਂ ਦਾ ਜਨਮ ਦਿਨ ਹੈ ਬਲਜੀਤ ਕੌਰ ਜੀ ਟੀ ਸਾਰੀਆਂ ਮੁਬਾਰਕਾਂ ਤੁਹਾਨੂੰ ਭੇਜੀਆਂ ਨੇ ਦੀਦੀ ਪੰਜਾਬੀ ਦੇ ਵੱਲੋਂ ਔਰ ਮੁਬਾਰਕਾਂ ਇੱਕ ਹੋਰ ਵੀ ਭੇਜੀਆਂ ਨੇ ਨਿੱਜਰ ਫੈਮਲੀ ਦੇ ਵੱਲੋਂ ਸੋ ਨਿੱਜਰ ਫੈਮਲੀ ਵੱਲੋਂ ਆਈਆਂ ਨੇ ਮੁਬਾਰਕਾਂ ਤੁਹਾਨੂੰ ਦੀਦੀ ਪੰਜਾਬੀ ਵੱਲੋਂ ਮੁਬਾਰਕਾਂ ਆਈਆਂ ਨੇ ਮਾਵਾ ਹਮੇਸ਼ਾ ਸਲਾਮਤ ਰਹਿਣ ਪਰਮਾਤਮਾ ਹਮੇਸ਼ਾ ਉਹਨਾਂ ਨੂੰ ਖੁਸ਼ ਰੱਖੇ ਕਦੇ ਐਦਾਂ ਦਾ ਸਮਾਂ ਨਾ ਆਵੇ ਜਿਸ ਕਰਕੇ ਤੀ ਪੁੱਤ ਕਰਕੇ ਮਾਂ ਦੀ ਅੱਖ ਚੋਂ ਹੰਝੂ ਡਿਗੇ ਸੋ ਤਿਓ ਪੁੱਤੋ ਸਮਝ ਜਾਓ ਮਾਂ ਨੂੰ ਕਦੇ ਨਰਵਾਇਓ ਮਾਮਾ ਬੜੀਆਂ ਅਨਮੋਲੀਆਂ ਹੁੰਦੀਆਂ ਨੇ ਸੋ ਇਹ ਸਾਰੀਆਂ ਮੁਬਾਰਕਾਂ ਅਸੀਂ ਦੇ ਰਿਆ ਲਗਾਤਾਰ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਸੁਨੇਹੇ ਔਰ ਇਸ਼ਾਰਾ ਸਮਝ ਗਏ ਹੋਗੇ ਹੁਣ ਵੇਲਾ ਹੋ ਚੁੱਕੀ ਗੀਤ ਦਾ ਆਓ ਫਿਰ ਗੀਤ ਨੂੰ ਸੁਣਦੇ ਆ ਤੇ ਆਨੰਦ ਲੈਂਦੇ ਆ ਇੱਕ ਖੂਬਸੂਰਤ ਗੀਤ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਹੀ ਖੂਬਸੂਰਤ ਗਾਇਕੀ ਔਰ ਸਦੂਲ ਸਿਕੰਦਰ ਜੀ ਹੋਰਾਂ ਨੂੰ ਜਦੋਂ ਯਾਦ ਕਰਦੇ ਆ ਜਦੋਂ ਉਹਨਾਂ ਦੀ ਗਾਏ ਹੋਏ ਗੀਤਾਂ ਨੂੰ ਸੁਣਦੇ ਆ ਸੱਚੀ ਉਹਨਾਂ ਦਾ ਗੀਤ ਸਾਨੂੰ ਮਾਰ ਜਾਂਦਾ ਹੈ ਔਰ ਮੇਰਾ ਦਿਲ ਕਰਦਾ ਹੈ ਮੈਂ ਹੁੱਕਾ ਲਾਵਾਂ ਤੁਹਾਨੂੰ ਕਿ ਸੁਨੇਹੇ ਪ੍ਰੋਗਰਾਮ ਚੱਲ ਰਿਹਾ ਆ ਅਜੋ ਫਿਰ ਦੇਖੀਏ ਤੁਹਾਡੀ ਅਗਲੀ ਜਿਹੜੀ ਵਿਸ਼ ਹੈਗੀ ਆ ਜਿਹੜੀ ਤੁਹਾਡੀ ਮੁਬਾਰਕਬਾਦ ਤੁਸੀਂ ਭੇਜੀ ਹੋਈ ਹੈ ਉਹ ਆਪਾਂ ਸ਼ਾਮਿਲ ਕਰਦੇ ਆ ਆ अवोन प्रीत कौर ਨੂੰ ਅਸੀਂ ਮੁਬਾਰਕਾ ਦੇ ਰਿਹਾ ਦੋ ਤ੍ਰਿਕ ਨੂੰ ਜਨਮ ਦਿਨ ਹੈ ਉਹਨਾਂ ਦਾ ਔਰ ਦਾਦੀ ਅਮਰਕੌਰ ਪਤੀ ਗੁਰਸੇਵਕ ਸਿੰਘ ਪਿਤਾ ਰਣਜੀਤ ਸਿੰਘ ਸਹੋਤਾ ਮਾਤਾ ਮਨਜੀਤ ਕੌਰ ਭਰਾ ਚਾਹਤਪ੍ਰੀਤ ਸਿੰਘ ਸਹੋਤਾ ਅਰਸ਼ਪ੍ਰੀਤ ਸਿੰਘ ਸੱਸ ਸੋਹਰਾ ਦੇ ਵੱਲੋਂ ਮੁਬਾਰਕਾਨੇ ਕਰਮਜੀਤ ਕੌਰ ਤਸਤਿੰਦਰ ਸਿੰਘ ਨਣਨ ਤੇ ਨੰਦੋਇਆ ਤਾਇਆ ਤਾਈ ਫੁੱਫੜ ਪੂਆ ਮਾਸੀ ਮਾਸੜ ਮਾਮੇ ਨਾਨੇ ਤੇ ਸਾਰੇ ਹੀ ਸੋਹਰੇ ਪਰਿਵਾਰ ਦੇ ਵੱਲੋਂ ਠੇਰ ਸਾਰੀਆਂ ਇਸ ਅਵੋਂ ਪ੍ਰੀਤ ਨੂੰ ਮੁਬਾਰਕਾਂ ਦਿੱਤੀਆਂ ਨੇ ਸੋ ਸਾਡੇ ਵੱਲੋਂ ਵੀ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਔਰ ਖੁਸ਼ ਹੁੰਦੇ ਹਾਂ ਅਸੀਂ ਜਦੋਂ ਘਰ ਦੇ ਵਿੱਚ ਜਨਮ ਦਿਨ ਹੁੰਦੇ ਨੇ ਔਰ ਖੁਸ਼ੀ ਉਦੋਂ ਵੀ ਜ਼ਿਆਦਾ ਹੁੰਦੀ ਹੈ ਜਦੋਂ ਨੋਹਾ ਦੇ ਜਨਮ ਦਿਨ ਮਨਾਏ ਜਾਂਦੇ ਨੇ ਸੋ ਮੁਬਾਰਕਾ ਅਗਲੀ ਜਿਹੜੀ ਵਿਆਦੀ ਬਰੇ ਗੰਢੀ ਆਸੀਂ ਮੁਬਾਰਕਾ ਦੇਣੀਆਂ ਨੇ ਬਲਵਿੰਦਰ ਸਿੰਘ ਸੈਂਬੀ ਤੇ ਮਨਜੀਤ ਕੌਰ ਨੂੰ ਅਸੀਂ ਦੇ ਰਿਹਾ ਮੁਬਾਰਕਾ ਔਰ ਇਹਨਾਂ ਨੂੰ ਮੁਬਾਰਕਾ ਭੇਜਿਆ ਨੇ ਵਿਆਦੀ ਬਰੇ ਗੰਢੀ ਇਹਨਾਂ ਦੇ ਬੇਟੇ ਗੁਰਕੀਦਰ ਸਿੰਘ ਸੈਂਬੀ ਇਹਨਾਂ ਦੇ ਵਿਦਿਆ ਮਾਤਾ ਜੀ ਦਾ ਨਾਮ ਹੈ ਔਰ ਸੁਰਿੰਦਰ ਸਿੰਘ ਤੇ ਅਨੀਤਾ ਰਾਣੀ ਵਲੋਟੇ ਸਾਰਿਆਂ ਮੁਬਾਰਕਾ ਆਈਆਂ ਨੇ ਸੋ ਸਾਡੇ ਮਲੂਬੀ ਬਹੁਤ ਬਹੁਤ ਮੁਬਾਰਕਾ ਅਕਸਰ ਹੀ ਜਦੋਂ ਅਸੀਂ ਇਦਾਂ ਦੀਆਂ ਤਸਵੀਰਾਂ ਦੇਖਦੇ ਆ ਤੇ ਸਾਨੂੰ ਲੱਗਦਾ ਹੈ ਕਿ ਉਮਰ ਦਾ ਤਜਰਬਾ ਹੁੰਦਾ ਹੈ ਇਹਨਾਂ ਦੇ ਕੋਲ ਔਰ ਅੱਜਕੱਲ੍ਹ ਦੇ ਅਸੀਂ ਜਦੋਂ ਦੇਖਦੇ ਆ ਰਿਸ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਘਟ ਸਬਰ ਹੁੰਦਾ ਹੈ ਪਰ ਇਹਨਾਂ ਨੂੰ ਪੁੱਛ ਕੇ ਦੇਖੋ ਕਿ ਸਬਰ ਕੀ ਚੀਜ਼ ਹੈ ਔਰ ਕਹਿੰਦੇ ਨੇ ਕਿ ਸਬਰ ਸੰਤੋਖ ਤੇ ਦੀ ਜਿਹੜੀ ਸਵਾਰੀ ਹੁੰਦੀ ਹੈ ਉਹ ਕਦੇ ਡਿੱਗਦੀ ਨਹੀਂ ਉਹ ਹਮੇਸ਼ਾ ਮੰਜ਼ਲਾਂ ਤੱਕਰ ਪਹੁੰਚਦੀ ਹੈ ਔਰ ਇਹਨਾਂ ਦੇ ਪਰਿਵਾਰ ਦੇ ਮੈਂਬਰ ਦੇ ਵਿੱਚ ਸ਼ਾਮਿਲ ਸੀ ਤਰਲੋਚਨ ਸਿੰਘ ਗੁਰਪ੍ਰੀਤ ਕੌਰ ਕਮਲਪ੍ਰੀਤ ਕੌਰ ਸੁਮਨਪ੍ਰੀਤ ਕੌਰ ਹਿੰਮਤ ਸਿੰਘ ਛੋਟੇ ਬੱਚੇ ਜਸਨੂਰ ਤੇ ਗੁਰਪਾਰ ਗੁਰਪਾਰਸ ਸਿੰਘ ਅਤੇ ਸਾਰੇ ਹੀ ਸਾਂਭੀ ਪਰਿਵਾਰ ਵੱਲੋਂ ਮੁਬਾਰਕਾਂ ਆਈਆਂ ਨੇ ਅਗਲੀ ਅਸੀਂ ਮੁਬਾਰਕਬਾਦ ਦੇ ਰਹੇ ਹਾਂ ਜਸ਼ ਤੇ ਗੈਰੀ ਨੂੰ ਜਿਨ੍ਹਾਂ ਦਾ ਜਨਮ ਦਿਨ ਹੈ 2 ਤਰੀਕ ਔਰ 3 ਅਗਸਤ ਨੂੰ ਯਾਨੀ ਕਿ 2 ਤਰੀਕ ਦੇ ਨੂੰ ਜਸ਼ ਦਾ ਜਨਮ ਦਿਨ ਹੈ ਔਰ 3 ਨੂੰ ਗੈਰੀ ਦਾ ਜਨਮ ਦਿਨ ਹੈ ਔਰ ਤੀਰਤ ਕੌਰ ਕੁਲਦੀਪ ਸਿੰਘ ਨਾਨਾ ਨਾਨੀ ਲੁਧਿਆਣੇ ਤੋਂ ਮੁਬਾਰਕਾਂ ਭੇਜ ਰਹੇ ਨੇ ਮਾਮੇ ਮਾਮੀਆਂ ਵੱਲੋਂ ਮੁਬਾਰਕਾਂ ਨੇ ਹਰਜੋਤ ਕੌਰ ਦੀਪਿਕਾ ਕੁਲਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਦੇ ਵੱਲੋਂ ਮੁਬਾਰਕਾਂ ਨੇ ਔਰ ਸਾਰਿਆਂ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਔਰ ਜੈਸਲੀਨ ਕੌਰ ਪੈਨ ਆਸਟ੍ਰੇਲੀਆ ਤੋਂ ਮੁਬਾਰਕਾਂ ਇਹਨਾਂ ਨੂੰ ਪੇਜ ਰਹੀ ਹੈ ਔਰ ਜਸ਼ ਤੇ ਗੈਰੀ ਟੇਰ ਸਾਰਿਆਂ ਨੂੰ ਮੁਬਾਰਕਾਂ ਤੁਹਾਨੂੰ ਔਰ ਸੱਚੀ ਪ੍ਰਮਾਤਮਾ ਕਰ ਬਖਸ਼ਿਸ਼ਾ ਦਿੰਦਾ ਹੈ ਜਿਨ੍ਹਾਂ ਦੇ ਘਰ ਪੁੱਤ ਹੁੰਦੇ ਨੇ ਔਰ ਪੁੱਤ ਉਦੋਂ ਵੀ ਚੰਗੇ ਲੱਗਦੇ ਨੇ ਜਦੋਂ ਵੱਡੇ ਹੋ ਕੇ ਮਾਪੇ ਦਾ ਸਹਾਰਾ ਬਣਦੇ ਨੇ ਸੋ ਅਸ਼ਮੀਤ ਕੌਰ ਨੂੰ ਅਸੀਂ ਮੁਬਾਰਕਾ ਦੇਣੀ ਆ ਨੇ 3 ਅਗਸਤ ਦਿਨਾਂ ਦਾ ਜਨਮ ਦਿਨ ਹੈ ਅਸ਼ਮੀਤ ਤੁਹਾਨੂੰ ਮੁਬਾਰਕਾ ਭੇਜੀਆਂ ਨੇ ਲਖਵਿੰਦਰ ਸਿੰਘ ਤੁਹਾਡੇ ਫਾਦਰ ਸਾਹਿਬ ਫੁੱਫੜ ਜੀ ਸਤਨਾਮ ਸਿੰਘ ਪੂਆਜੀ ਮਨਪ੍ਰੀਤ ਕੌਰ ਭਰਾ ਜਗਜੀਤ ਸਿੰਘ ਤੇ ਭੈਣ ਸਿਮਰਨ कौर ਦੇ ਬਹੁਤ ਮੁਬਾਰਕਾ ਆਈਆਂ ਨੇ ਸੋ ਸਾਡ ਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਇਸ ਪਿਆਰੀ ਜੀ ਤੇ ਇਹਨੂੰ ਭੂਆ ਮੁਬਾਰਕਾ ਦਿੰਦੀ ਹੈ ਔਰ ਫੁੱਫੜ ਮੁਬਾਰਕਾ ਦਿੰਦੇ ਨੇ ਕਹਿੰਦੇ ਨੇ ਕਿ ਭੂਆ ਅਕਸਰ ਹੀ ਆਪਣਾ ਅਕਸ ਆਪਣੀਆਂ ਪਤੀਜੀਆਂ ਦੇ ਵਿੱਚ ਦੇਖਦੀ ਹੈ ਕਿਉਂਕਿ ਉਹਨੂੰ ਆਪਣਾ ਬਚਪਨ ਚੇਤੇ ਆ ਜਾਂਦਾ ਹੈ ਕਿ ਮੈਂ ਪੇਕੇ ਘਰ ਕੀ ਸੀ ਸੋ ਭੂਆ ਪਤੀਜੀ ਦਾ ਪਿਆਰ ਤੇ ਸਾਰੇ ਹੀ ਪਰਿਵਾਰ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਿਹਾ ਅਸ਼ਮੀਤ ਨੂੰ ਟੀ ਟੀ ਸਾਰੀਆਂ ਮੁਬਾਰਕਾ ਅਗਲੀ ਮੁਬਾਰਕਬਾਦ ਅਸੀਂ ਤਿੰਨ ਤਰੀਕ ਦੀ ਦੇਣੀ ਹੈ ਸਿਮਰਨਜੀਤ ਕੌਰ ਨੂੰ ਔਰ ਇਹਨਾਂ ਨੂੰ ਮੁਬਾਰਕਾ ਭੇਜਿਆ ਨੇ ਇਹਨਾਂ ਦੇ ਦਾਦਾ ਜੀ ਕੇਵਲ ਸਿੰਘ ਇਹਨਾਂ ਦੀ ਦਾਦੀ ਪੁਸ਼ਪਿੰਦਰ ਕੌਰ ਫਾਦਰ ਸਾਹਿਬ ਗੁਰਪ੍ਰੀਤ ਸਿੰਘ ਮੰਮੀ ਮਨਜੀਤ ਕੌਰ ਚਾਚਾ ਮਨਦੀਪ ਸਿੰਘ ਚਾਚੀ ਸੀਮਾ ਦੇਵੀ ਤੇ ਭੈਣ ਰੁਪਿੰਦਰ ਰਾਜੂ ਰਵੀ ਜੱਸਾ ਤੇ ਬਹੁਤ ਸਾਰੇ ਜਿਹੜੇ ਹੈ ਇਹਨਾਂ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਨੇ ਕਿਰਨਾ, ਨੀਹਾ, ਗੋਲਡੀ, ਬੇਬੀ ਰੋਜੀ ਤੇ ਸਾਰੇ ਹੀ ਫੁੱਫੜਾਂ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਸਾਡੇ ਵੱਲੋਂ ਵੀ ਡੇਢ ਸਾਰੀਆਂ ਮੁਬਾਰਕਾਂ ਪੂਆ, ਫੁੱਫੜ ਸਾਰੇ ਮੁਬਾਰਕਾਂ ਭੇਜ ਰਹੇ ਨੇ ਔਰ ਡੀਡੀ ਪੰਜਾਬੀ ਵੀ ਤੁਹਾਨੂੰ ਮੁਬਾਰਕਾਂ ਦੇ ਰਿਹਾ ਹੈ ਅਗਲੀ ਮੁਬਾਰਕ ਬਾਤ 3 ਅਗਸਤ ਦੀ ਅਸੀਂ ਦੇਣੀ ਹੈ ਸੁਖਮਨ ਸਿੰਘ ਨੂੰ ਔਰ ਸੁਖਮਨ ਸਿੰਘ ਨੂੰ ਮੁਬਾਰਕਾ ਮਾਸੀ ਕਰਮਜੀਤ ਕੌਰ ਨੇ ਭੇਜੀਆਂ ਨੇ ਮਾਸਰ ਸ਼ੇਰ ਸਿੰਘ ਨੇ ਭੇਜੀਆਂ ਨੇ ਐਂਡ ਜਸਪ੍ਰੀਤ ਕੌਰ ਅਮਨਪ੍ਰੀਤ ਕੌਰ ਈਸ਼ੀਤਾ ਰਮਨਪ੍ਰੀਤ ਪ੍ਰਮਨਿੰਦਰ ਤੇਜਸਨੂਰ ਤੇ ਕਾਰਤਿਕ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਬਹੁਤ ਸਾਰੀਆਂ ਮੁਬਾਰਕਾਂ ਢੇਡ ਸਾਰਾ ਪਿਆਰ ਔਰ ਤੁਸੀਂ ਖੂਬ ਪੜੋ ਔਰ ਜਿਹੜਾ ਜ਼ਿੰਦਗੀ ਦਾ ਇਹ ਆਨੰਦ ਹੈ ਬਚਪਨ ਦਾ ਉਹ ਜ਼ਰੂਰ ਲਓ ਅਗਲੀ ਅਸੀਂ ਮੁਬਾਰਕਬਾਦ ਦੇਣੀ ਹੈ 3ਮਨ ਨੂੰ ਔਰ 3ਮਨ ਨੂੰ ਮੁਬਾਰਕਾਂ ਭੇਜੀਆਂ ਨੇ 3 ਅਗਸਤ ਜਨਮ ਦਿਨ ਦੀਆਂ ਮਾਤਾ ਸੋਨੀਆ ਸੰਧੂ ਪਿਤਾ ਕਮਲਜੀਤ ਸਿੰਘ ਸੰਧੂ ਦਾਦਾ ਦਾਦੀ ਨਾਨਾ ਨਾਨੀ ਚਾਚੇ ਚਾਚੀਆਂ ਮਾਮੇ ਮਾਸੀਆਂ ਪੂਆ ਅਨੂ ਯਾਦਵ ਜੀ ਔਰ ਇਹਨਾਂ ਦੇ ਵੱਲੋਂ ਸਾਰੇ ਰਾਜਨ ਯਾਦਵ ਜੀ ਵੱਲੋਂ ਮੁਬਾਰਕਾਂ ਆਈਆਂ ਨੇ ਤ੍ਰਿਮਨ ਤੁਹਾਨੂੰ ਸਾਡੇ ਵੱਲੋਂ ਵੀ ਬਹੁਤ ਸਾਰੀਆਂ ਮੁਬਾਰਕਾਂ ਔਰ ਤੁਸੀਂ ਜੋ ਵੀ ਸੁਪਨੇ ਵੇਖੇ ਨੇ ਉਹ ਜਲਦ ਤੋਂ ਜਲਦ ਪੂਰੇ ਕਰੋ ਮਿਹਨਤ ਕਰੋ ਆਪਣੇ ਸਿੱਦਤ ਦੇ ਨਾਲ ਹਰ ਇੱਕ ਰਿਸ਼ਤੇ ਨੂੰ ਨਿਭਾਓ ਅਗਲੀ ਮੁਬਾਰਕਬਾਦ ਸੁਖਵਿੰਦਰ ਸਿੰਘ ਨੂੰ ਅਸੀਂ ਦੇ ਰਿਹਾ 3 ਅਗਸਤ ਦਿਨ ਦਾ ਜਨਮ ਦਿਨ ਹੈ ਪਤਨੀ ਮਾਨਪ੍ਰੀਤ ਕੌਰ ਮੁਬਾਰਕਾਂ ਭੇਜ ਰਹੇ ਨੇ ਮਾਤਾ ਮਨਜੀਤ ਕੌਰ ਸਾਸੋਰੇ ਦੇ ਵੱਲੋਂ ਵੀ ਮੁਬਾਰਕਾਂ ਆਈਆਂ ਨੇ ਚਾਚਾ ਚਾਚੀ ਤੇ ਸਾਰੇ ਹੀ ਪਰਿਵਾਰ ਦੇ ਵੱਲੋਂ ਟੀ ਟੀ ਸਾਰੀਆਂ ਮੁਬਾਰਕਾਂ ਆਈਆਂ ਨੇ ਸੋ ਸਾਡੇ ਵੱਲੋਂ ਵੀ ਬਹੁਤ ਸਾਰੀਆਂ ਮੁਬਾਰਕਾਂ ਤੁਸੀਂ ਇਸੇ ਤਰ੍ਹਾਂ ਹੀ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਰਹੋ ਔਰ ਉਹਨਾਂ ਤੋਂ ਪਰਿਵਾਰ ਤੋਂ ਪਿਆਰ ਲੈਂਦੇ ਰਹੋ ਅਗਲੀ ਅਸੀਂ ਵਿਆਹ ਦੀ ਵਰੀਗੰਡ ਦੀਆਂ ਮੁਬਾਰਕਾਂ ਦੇਣੀਆਂ ਨੇ 3 ਤਰੀਕ ਨੂੰ ਜਿਨ੍ਹਾਂ ਦੀ ਵਿਆਹ ਦੀ ਵਰੀਗੰਡ ਹੈ ਔਰ ਅਮਰਿੰਦਰ ਸਿੰਘ ਤੇ ਅਮਨਦੀਪ ਕੌਰ ਹੋਰਾਂ ਨੂੰ ਅਸੀਂ ਮੁਬਾਰਕਾਂ ਦੇ ਰਿਹਾ ਖੂਬਸੂਰਤ ਜੋੜੀ ਨੂੰ ਮੁਬਾਰਕਾਂ ਨਖਰਾ ਵੀ ਸੋਨਾ ਲੱਗਦਾ ਏ ਜੇਕਰ ਨਖਰਾ ਚੁੱਕਣ ਵਾਲਾ ਹੋਵੇ ਔਰ ਮਾਤਾ ਜੀ ਤੇ ਪਿਤਾ ਜੀ ਜਸਵਿੰਦਰ ਕੌਰ ਤੇ ਜਸਵੀਰ ਸਿੰਘ ਹਰਜਿੰਦਰ ਕੌਰ ਤੇ ਬਲਵੀਰ ਸਿੰਘ ਦੇ ਵੱਲੋਂ ਮੁਬਾਰਕਾਂ ਨੇ ਸਾਸੋਰਾ ਪ੍ਰਾਪਰ ਜਾਈਆਂ ਤੇ ਮੈਕਦੇ ਫੁੱਲ ਉਦਮ ਗੁਰਸਿਮਰਨ ਕਰਤਾਰ ਤੇ ਪ੍ਰਭਨੂਰ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਵਿਆਦੀ ਵਰੇ ਗੱਡੀਆਂ ਢੇਰ ਸਾਰੀਆਂ ਮੁਬਾਰਕਾਂ ਇਸੇ ਤਰ੍ਹਾਂ ਹੀ ਪ੍ਰਮਾਤਮਾ ਤੁਹਾਡਾ ਪਿਆਰ ਬਣਾਈ ਰੱਖੇ ਠੀਕ ਹੈ ਨੋਖਚੋਕ ਹੁੰਦੀ ਹੈ ਪਰ ਇੱਕ ਦੂਜੇ ਨੂੰ ਮਨਾ ਕੇ ਇਸ ਜ਼ਿੰਦਗੀ ਨੂੰ ਖੂਬ ਸੁਰਤ ਬਣਾਓ ਅਗਲੀ ਦਿਲਜੀਤ ਕੌਰ ਨੂੰ ਅਸੀਂ ਮੁਬਾਰਕਾ ਦੇਣੀ ਹੈ 4 ਤਰੀਕ ਨੂੰ ਮੁਬਾਰਕਾ ਨੇ ਉਹਨਾਂ ਦੇ ਮੰਮੀ ਹਰਜੋਤ ਕੌਰ ਤੇ ਫਾਦਰ ਬਰਿੰਦਰ ਸਿੰਘ ਦਾਦਕਾ ਤੇ ਨਾਨਕਾ ਪਰਿਵਾਰ ਉਹਨਾਂ ਨੂੰ ਮੁਬਾਰਕਾ ਦੇ ਰਿਹਾ ਹੈ ਦਿਲਜੀਤ ਨੂੰ ਟੀਰ ਸਾਰੀਆਂ ਮੁਬਾਰਕਾ ਦਿਲ ਤੋਂ ਦੁਆਵਾਂ ਔਰ ਇਸੇ ਤਰ੍ਹਾਂ ਹੀ ਦਿਲ ਉਹਦਾ ਹਮੇਸ਼ਾ ਹੀ ਖੁਸ਼ ਰੱਖੇ ਔਰ ਉਹਦੇ ਮੁੱਖਾਂ ਤੇ ਮੁਸਕਾਨ ਨੂੰ ਦੇਖਦਿਆਂ ਹੋਇਆ ਪਰਿਵਾਰ ਵੀ ਹਮੇਸ਼ਾ ਹੱਸਦਾ ਵਸਦਾ ਰਹੇ ਹਰਪ੍ਰੀਤ ਕੌਰ ਨੂੰ ਮੁਬਾਰਕਾਂ ਦੇ ਰਿਆਂ ਅਗਲੀ ਤਸਵੀਰ ਅਸੀਂ ਦੇਖ ਰਹੇ ਹਾਂ 4 ਅਗਸਤ ਨੂੰ ਜਿਹਨਾਂ ਦਾ ਜਨਮ ਦਿਨ ਹੈ ਭਾਬੀ ਜੀ ਕਰਮਜੀਤ ਕੌਰ ਭੇਜ ਰਹੀ ਹੈ ਬਲਜਿੰਦਰ ਕੌਰ ਵੀਰ ਜੀ ਸ਼ੇਰ ਸਿੰਘ ਤੇ ਅਮਰੀਕ ਸਿੰਘ ਤੇ ਭੈਣਾ ਜਸਪ੍ਰੀਤ ਅਮਨਪ੍ਰੀਤ ਰਮਨਪ੍ਰੀਤ ਤੇ ਭਰਾ ਮਨਿੰਦਰ ਤੇ ਜਸਨੂਰ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੱਚੀ ਗੱਲ ਹੈ ਭੈਣ ਭਰਾਵਾਂ ਦੇ ਨਾਲ ਤਾਂ ਘਰ 'ਚ ਰੌਣਕਾਂ ਹੁੰਦੀਆਂ ਨੇ ਜਦੋਂ ਇੱਕ ਭਾਬੀ ਨਹੀਂ ਦੋ ਦੋ ਭਾਬੀਆਂ ਨੂੰ ਜਿਹੜੀ ਹੈਗੀ ਆ ਪਿਆਰ ਕਰਦੀ ਹੋਵੇ ਨਣਾਨ ਤੇ ਨਣਾਨ ਪਿਆਰ ਲੈਂਦੀ ਹੋਵੇ ਭਾਬੀਆਂ ਤੋਂ ਤਾਂ ਬਹੁਤ ਖੂਬਸੂਰਤ ਰਿਸ਼ਤਾ ਬਣਦਾ ਹੈ ਸੋ ਵੀਰਿਆ ਵੱਲੋਂ ਮੁਬਾਰਕਾਂ ਭਾਬੀਆਂ ਵੱਲੋਂ ਢੇਰ ਸਾਰੀਆਂ ਮੁਬਾਰਕਾਂ ਤੇ ਸਾਡੇ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ अगली मुबारकबाद असी चार अगस्त की देनी है और तरविंदर सिंह जी तो ढेर सारिया मुबारक माता सलविंदर कौर पत्नी गुरशरण कौर पुत्र परमवीर सिंह नरेंद्र वीर सिंह बलजीत कौर नौ भेज रही है मुबारक पोता पोती वंशदीप मननदीप और राजवीर इना बेटी दमाद हरदीप सिंह दोते गुरप्रीत प्रभप्रीत ढेर सारिया मुबारक आईया ने ਸੋ ਨਾਨੇ ਨੂੰ ਮੁਬਾਰਕਾਂ ਕਿਉਂਕਿ ਬੱਚੇ ਪੇਜ ਰਹੇ ਤੁਹਾਨੂੰ ਮੁਬਾਰਕਾਂ ਹੋਰ ਸੱਚੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਪੋਤੇ-ਪੋਤੀਆਂ ਤੇ ਦੋਤੇ-ਦੋਤੀਆਂ ਮੁਬਾਰਕਾ ਦੇਣ ਔਰ ਜਨਮ ਦਿਨ ਮਨਾਣ ਓਮ ਪ੍ਰਕਾਸ਼ ਬੰਸਲ ਜੀ ਹੋਰਾਂ ਨੂੰ ਅਸੀਂ ਮੁਬਾਰਕਾ ਦੇ ਰਿਹਾ 4 ਅਗਸਤ ਦੀਆਂ ਔਰ ਇਹਨਾਂ ਨੂੰ ਮੁਬਾਰਕਾ ਭੇਜੀਆਂ ਨੇ ਪਤਨੀ ਕ੍ਰਿਸ਼ਨਾ ਦੇਵੀ ਬੰਸਲ ਬੇਟੀ ਬਬੀਤਾ ਰਾਣੀ ਬੰਸਲ ਪਰਿਵਾਰ ਦੇ ਸਾਰੇ ਸਦਸਿਆਂ ਨੇ ਜਿਹੜੀਆਂ ਹੈਗਿਆ ਮੁਬਾਰਕਾ ਭੇਜੀਆਂ ਨੇ ਜਿਨ੍ਹਾਂ ਦੇ ਵਿੱਚ ਬੰਸਲ ਪਰਿਵਾਰ ਦੇ ਵਿੱਚ ਸਾਰੇ ਸ਼ਾਮਿਲ ਨੇ ਸੁਮਿਤ ਗੋਇਲ ਸਾਰੇ ਹੀ ਸਾਖ ਸੁਬੰਧੀਆਂ ਦੇ ਵੱਲੋਂ ਮੁਬਾਰਕਾਂ ਭੇਜੀਆਂ ਨੇ ਉਹਨਾਂ ਦਾ 61ਵਾਂ ਜਨਮ ਦਿਵਸ ਹੈ ਔਰ ਉਹਨਾਂ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਅਸੀਂ ਦੇ ਰਹੇ ਹਾਂ ਔਰ ਇਹ ਜਿਹੜੀ ਹੈ ਜ਼ਿਲ੍ਹਾ ਸੰਗਰੂਰ ਤੋਂ ਮੁਬਾਰਕਾਂ ਆਈਆਂ ਸੀ ਔਰ ਸਾਡੇ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਸੱਚੀ ਜਦੋਂ ਅਸੀਂ ਪਿਤਾ ਨੂੰ ਦੇਖਦੇ ਹਾਂ ਔਰ ਘਰ ਦੇ ਵੱਡੇ ਜੀਆ ਨੂੰ ਦੇਖਦੇ ਹਾਂ ਤੇ ਭਾਵੇਂ ਇਹ ਔਲਿਆਂ ਦੀ ਤਰ੍ਹਾਂ ਹੁੰਦੇ ਨੇ ਪਰ ਤੁਹਾਨੂੰ ਪਤਾ ਹੀ ਹੈ ਕਿ ਸਿਆਣੇ ਨੇ ਸੱਚੀ ਕਹਿਆ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਝੀ ਪਤਾ ਲੱਗਦਾ ਹੈ ਸੋ ਬਾਝੋਂ ਪਤਾ ਨਾ ਲੱਗੇ ਪਹਿਲੇ ਪਤਾ ਲੱਗ ਜੀ ਇਸ ਕਰਕੇ ਕਦਰ ਕਰੋ ਔਰ ਇਹਨਾਂ ਦਾ ਸਨਮਾਨ ਹਮੇਸ਼ਾ ਹੀ ਪਰਿਵਾਰ ਦੇ ਵਿੱਚ ਬਣਾਈ ਰੱਖੋ ਵੇਲਾ ਹੋ ਚੁੱਕਿਆ ਹੈ ਇੱਕ ਗੀਤ ਦਾ ਤੇ ਆਓ ਫਿਰ ਗੀਤ ਨੂੰ ਸ਼ਾਮਿਲ ਕਰਦੇ ਹਾਂ ਤੇ ਇਸ ਗੀਤ ਤੋਂ ਬਾਅਦ ਫਿਰ ਅਗਲੀਆਂ ਮੁਬਾਰਕਾਂ ਦਾ سلسلہ ਸ਼ੁਰੂ ਕਰਾਂਗੇ

ਕਹਿੰਦੇ ਨੇ ਕਿ ਹਮੇਸ਼ਾ ਇਨਸਾਨ ਨੂੰ ਸਿੱਖਣਾ ਚਾਹੀਦਾ ਹੈ ਹਮੇਸ਼ਾ ਹੀ ਜਦੋਂ ਇਹ ਚੇਟਕ ਹੋਵੇ ਦਾ ਬੰਦੇ ਦੇ ਮਨ ਦੇ ਵਿੱਚ ਖਿਆਲ ਵੀ ਉਦਾਂ ਦੇ ਬਣਨ ਲੱਗ ਪੰਦੇ ਕਹਾਣੀਆਂ ਨੇ ਸਾਡੇ ਕੋਲ ਵਿਚਾਰ ਨੇ ਜਿੱਥੋਂ ਅਸੀਂ ਸਿੱਖਦੇ ਆਂ ਇੱਕ ਕਹਾਣੀ ਛੋਟੀ ਜੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਆਂ ਅ ਇੱਕ ਵਾਰ ਦੀ ਗੱਲ ਹੈ ਕਿ ਇਨਸਾਨ ਨੇ ਬੜੀ ਮਿਹਨਤ ਕਰਕੇ ਆਪਣਾ ਘਰ ਬਣਾਇਆ ਘਰ ਬਣਾ ਕੇ ਬੜੀ ਵਧੀਆ ਉਹਦੀ ਜ਼ਿੰਦਗੀ ਚੱਲ ਰਹੀ ਸੀ ਤੇ ਨਾਲ ਦੇ ਗੁਆਂਢੀਆਂ ਨੂੰ ਜਦੋਂ ਦੇਖਿਆ ਬੜੀ ਹੀ ਉਹਨਾਂ ਕੋਲ ਸ਼ਾਨੋ ਸ਼ੌਕਤ ਵਾਲੀਆਂ ਚੀਜ਼ਾਂ ਗੱਡੀਆਂ ਸੀ ਉਹਦੇ ਮਨ 'ਚ ਵੀ ਲਾਲਚ ਆ ਗਿਆ ਕਿ ਮੇਰੇ ਕੋਲ ਵੀ ਇਹ ਸਭ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਮਿਹਨਤ ਕਰਦਾ ਆ ਪਰ ਉਹ ਚੀਜ਼ਾਂ ਮੈਨੂੰ ਨਹੀਂ ਮਿਲ ਰਹੀਆਂ ਨੇ ਫਿਰ ਕੀ ਹੋਇਆ ਇੱਕ ਵਾਰ ਕਿ ਸਾਧੂ ਇੱਕ ਦਿਨ ਘਰ ਆਏ ਤੇ ਉਹਨਾਂ ਨੇ ਬੜੀ ਸੇਵਾ ਕੀਤੀ ਕਿਉਂਕਿ ਵਧੀਆ ਇਨਸਾਨ ਸੀ ਸਭ ਕੁਝ ਚੀਜ਼ਾਂ ਦਾ ਉਹਨੂੰ ਪਤਾ ਸੀ ਤੇ ਜਾਂਦੇ ਜਾਂਦੇ ਸਾਧੂ ਉਹਨੂੰ ਇੱਕ ਥੋੜੀ ਦੇ ਗਏ ਉਹ ਕਹਿੰਦੇ ਕਿ ਜਿੱਥੇ ਵੀ ਤੂੰ ਮਾਰਿਆ ਕਰੇਗਾ ਮਤਲਬ ਜੋ ਵੀ ਤੂੰ ਇੱਛਾ ਕਰੇਗਾ ਉਹ ਤੇਰੀ ਪੂਰੀ ਹੋ ਜਾਇਆ ਕਰੇਗੀ ਕਾਰ ਦਾ ਕੋਈ ਵੀ ਹਿੱਸਾ ਇਦਾਂ ਦਾ ਨਹੀਂ ਛੱਡਿਆ ਜਿੱਥੇ ਉਹਨੇ ਥੋੜੀ ਨਾ ਮਾਰੀ ਹੋਵੇ ਮਤਲਬ ਕਿ ਜਿੱਥੇ ਵੀ ਉਹਨੂੰ ਲੱਗੇ ਲਾਲਸਾ ਪੈਦਾ ਹੋ ਗਈ ਲਾਲਚ ਪੈਦਾ ਹੋ ਗਿਆ ਜਿੱਥੇ ਵੀ ਉਹ ਮਾਰੇ ਉੱਥੋਂ ਚੀਜ਼ ਮੰਗੇ ਤਾਂ ਉੱਥੋਂ ਨਿਕਲ ਜਾਇਆ ਕਰੇ ਇੱਕ ਦਿਨ ਕੀ ਹੋਇਆ ਇਹੋ ਜਾਂ ਆ ਗਿਆ ਕਿ ਇੱਕ ਨਿੱਕਾ ਜਿਹਾ ਹੀ ਜਿਹੜੀ ਜਗ੍ਹਾ ਸੀ ਜਿੱਥੇ ਥੋੜੀ ਮਾ ਨਹੀਂ ਸੀ ਉਹੀ ਬਾਕੀ ਰਹਿ ਗਈ ਸੀ ਉਹਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜਿੱਤੂ ਅਸੀਂ ਥੋੜੀਆਂ ਮਾਰਦੇ ਆ ਤਾਂ ਸਾਡਾ ਘਰ ਕੀ ਹੋ ਜਾਏਗਾ ਹਿੱਲ ਜਾਏਗਾ ਨਾ ਇਸੇ ਤਰ੍ਹਾਂ ਹੀ ਹੋਇਆ ਲਾਸਟ ਵਾਲੀ ਉਹ ਜਿਹੜੀ ਜਗ੍ਹਾ ਸੀ ਉੱਥੇ ਜਦੋਂ ਉਹਨੇ ਥੋੜੀ ਮਾਰੀ ਤਾਂ ਸਾਰਾ ਘਟਾ ਟੇ ਟੇਰੀ ਹੋ ਕੇ ਡਿੱਗ ਗਿਆ ਤੇ ਆਖਰੀ ਸਾਹਾਂ ਦੇ ਵਿੱਚ ਉਹ ਇਹੀ ਸੋਚ ਰਿਹਾ ਸੀ ਕਿ ਮੈਂ ਲਾਲਚ ਦੇ ਵਿੱਚ ਫਸਿਆ ਤੇ ਲਾਲਚ ਮੈਨੂੰ ਲੈ ਬੈਠਾ ਮੈਂ ਆਪਣੇ ਸੁਪਨਿਆਂ ਦਾ ਇਹ ਘਰ ਬਣਾਇਆ ਸੋਹਣਾ ਬਣਾਇਆ ਜਿੱਥੇ ਮੈਨੂੰ ਆਪਣੇ ਆਪ ਤੇ ਇੱਕ ਭਰੋਸਾ ਚਾਹੀਦਾ ਸੀ ਆਪਣੇ ਆਪ ਤੇ ਔਰ ਮੈਨੂੰ ਇਹ ਯਕੀਨਨ ਬਣਾਉਣਾ ਚਾਹੀਦਾ ਸੀ ਕਿ ਮੈਂ ਲਾਲਚ ਜਿਹੜਾ ਆਪਣੇ ਮਨ 'ਚ ਪੈਦਾ ਨਹੀਂ ਹੋਣ ਦੇਣਾ ਸੋ ਇਹੋ ਜਿਹੇ ਕਹਾਣੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਾਨੂੰ ਸਿਖਾਉਂਦੀਆਂ ਨੇ ਕੁਝ ਨਾ ਕੁਝ ਤੇ ਇਹਦੇ ਨਾਲ ਹੀ ਇੱਕ ਗੱਲ ਮੈਂ ਜੋੜਨਾ ਚਾਹਨੀ ਆ ਲਾਲਚ ਕਰੋ ਕਹਿੰਦੇ ਕਿ ਕਿਸੇ ਨੂੰ ਕਿਸੇ ਦੀ ਮਦਦ ਕਰਨ ਦਾ ਲਾਲਚ ਕਰੋ ਆਪਣੇ ਆਪ ਦੇ ਹੁਨਰਾਂ ਨੂੰ ਪਹਿਚਾਨਣ ਦਾ ਲਾਲਚ ਕਰੋ ਕਿਸੇ ਨੂੰ ਪਿਆਰ ਕਰਨ ਦਾ ਲਾਲਚ ਕਰੋ ਇੱਕ ਦੂਸਰੇ ਦਾ ਸਾਥ ਦੇਣ ਦਾ ਲਾਲਚ ਕਰੋ ਰਿਸ਼ਤਿਆਂ ਨੂੰ ਨਿਭਾਉਣ ਦਾ ਤੇ ਲਾਲਚ ਪੈਸੇ ਦਾ ਕੋਈ ਲਾਲਚ ਨਹੀਂ ਹੁੰਦਾ ਇਹ ਤਾਂ ਕਦੇ ਖਤਮ ਹੀ ਨਹੀਂ ਹੋਣੀ ਤੇ ਸਾਨੂੰ ਲਾਲਚ ਹੈ ਤੁਹਾਡੇ ਨਾਲ ਪਿਆਰ ਨਿਭਾਉਣ ਦਾ ਤੇ ਇਸੇ ਕਰਕੇ ਅਗਲੀ ਫਿਰ ਆਪਾਂ ਫੋਟੋ ਜਿਹੜੀ ਹੈ ਉਹ ਸ਼ਾਮਿਲ ਕਰਨੀ ਹੈ ਜਿਨ੍ਹਾਂ ਨੂੰ ਅਸੀਂ ਮੁਬਾਰਕਾ ਦੇਣੀਆਂ ਨੇ ਰਮਨਦੀਪ ਸਿੰਘ ਹੋਰਾਂ ਨੂੰ ਅਸੀਂ ਮੁਬਾਰਕਾਂ ਦਿੰਦੇ ਆਂ ਔਰ ਇਹਨਾਂ ਨੂੰ ਮੁਬਾਰਕਾ ਭੇਜੀਆਂ ਨੇ ਨਾਨਾ ਮਹਿੰਦਰ ਸਿੰਘ ਨਾਨੀ ਦਵਿੰਦਰ ਕੌਰ ਮਾਮਾ ਹਰਿੰਦਰ ਸਿੰਘ ਮਾਮੀ ਸੁਖਵਿੰਦਰ ਕੌਰ ਤੇ ਭਾਈ ਸਾਹਿਬ ਪ੍ਰੀਤ ਸਿੰਘ ਤੇ ਸੱਜ ਪ੍ਰੀਤ ਸਿੰਘ ਦੇ ਵੱਲੋਂ ਢੇਰ ਸਾਰੀਆਂ ਮੁਬਾਰਕਾਂ ਆਈਆਂ ਨੇ ਸਰਦਾਰੀ ਹਮੇਸ਼ਾ ਜੰਦਾਬਾਦ ਕਿਉਂਕਿ ਸਰਦਾਰਾਂ ਨੂੰ ਸਰਦਾਰੀ ਆਪਣੀ ਜਾਨ ਤੋਂ ਪਿਆਰੀ ਹੁੰਦੀ ਹੈ ਪਰਮਾਤਮਾ ਰੰਦੇ ਦਮ ਤੱਕ ਤੁਹਾਡੀ ਸਰਦਾਰੀ ਹਮੇਸ਼ਾ ਕਾਇਮ ਰੱਖੇ ਔਰ ਹੌਸਲੇ ਬੁਲੰਦ ਰੱਖੇ ਔਰ ਹਰ ਮੈਦਾਨ ਦੇ ਵਿੱਚ ਫਤਿਹ ਬਖਸ਼ੇ ਅਗਲੀ ਮੁਬਾਰਕਬਾਦ ਇੰਦਰਪ੍ਰੀਤ ਸਿੰਘ ਕਲੇਰ ਨੂੰ ਅਸੀਂ ਦੇਣੀ ਹੈ 4 ਅਗਸਤ ਦਿਨ ਦਾ ਜਨਮ ਦਿਨ ਹੈ ਔਰ ਮੁਬਾਰਕਾਂ ਪੇ ਜੀਆਂ ਨੇ ਨਾਨਕੇ ਪਰਿਵਾਰ ਵੱਲੋਂ ਮੰਮੀ ਪਾਪਾ ਚਾਚਾ ਚਾਚੀ ਵੀਰ ਲਾਪ੍ਰਿਤ ਪੇਣਾ ਜਸ ਸੁਮਨ ਹੈਪੀ ਤੇ ਅਨੰਤ ਸਿੰਘ ਦੇ ਵੱਲੋਂ ਮੁਬਾਰਕਾਂ ਨੇ ਸਿਮਰਨ ਨਵਰਾਜ ਅਨੁਰਿਤ ਅਮਰਿੰਦਰ ਮਨਰਾਜ ਹੈਰੀ ਤੇ ਸੀਰਤ ਵੱਲੋਂ ਮੁਬਾਰਕਾਂ ਆਈਆਂ ਨੇ ਦੇਖੋ ਇੱਕਦਮ ਹੀ ਤੁਹਾਨੂੰ ਇੰਨੇ ਜਿਆਦਾ ਮੁਬਾਰਕਾ ਨਹੀਂ ਦੇ ਸਕਦੇ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਇਹਨਾਂ ਸਾਰਿਆਂ ਨੇ ਭੇਜੀਆਂ ਨੇ ਮੁਬਾਰਕਾਂ ਤੇ ਮੈਂ ਦੋ ਲਾਈਨਾਂ ਦੇ ਵਿੱਚ ਇਹਨਾਂ ਦੇ ਨਾਮ ਪੜ ਦਿੱਤੇ ਖੁਸ਼ ਹੋ ਗਏ ਨਾ ਬਹੁਤ ਸਾਰੀਆਂ ਖੁਸ਼ੀਆਂ ਮਿਲਣ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਔਰ ਸਹਿਜ ਵੀਰ ਸਿੰਘ ਨੂੰ ਅਸੀਂ ਮੁਬਾਰਕਾ ਦੇ ਰਿਆਂ 4 ਅਗਸਤ ਦੀਆਂ ਔਰ ਇਹਨਾਂ ਨੂੰ ਮੁਬਾਰਕਾ ਭੇਜੀਆਂ ਨੇ ਇਹਨਾਂ ਦੇ ਮੰਮੀ ਪਾਪਾ ਮਨਦੀਪ ਤੇ ਉਹਦੇ ਵੀਰ ਦੇ ਵੱਲੋਂ ਜਿਹੜੀਆਂ ਹੈਗਿਆ ਮੁਬਾਰਕਾਂ ਆਈਆਂ ਨੇ ਸੋ ਡੀਰੀ ਪੰਜਾਬੀ ਵੱਲੋਂ ਵੀ 13 ਸਾਰੀਆਂ ਮੁਬਾਰਕਾਂ ਔਰ ਸਹਿਜ ਹਮੇਸ਼ਾ ਸਹੀ ਤਾਹ ਨਾਲ ਚੱਲਦੇ ਰਹੋ ਪਰਮਾਤਮਾ ਤੁਹਾਨੂੰ ਹਰ ਇੱਕ ਮੰਜ਼ਲ ਜ਼ਰੂਰ ਦੇਗਾ ਔਰ ਤੁਸੀਂ ਖੂਬ ਪੜ੍ਹ ਲਿਖ ਕੇ ਵੱਡੇ ਹੋ ਕੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਹਰਪ੍ਰੀਤ ਸਿੰਘ ਤੇ ਨੂਰ ਨੂੰ ਅਸੀਂ ਵਿਆਹ ਦੀਆਂ ਬਰੇਗਣ ਮੁਬਾਰਕਾਂ ਦੇਣੀਆਂ ਨੇ ਔਰ ਵਿਆਹ ਦੀ ਬਰੇਗਣ ਦੀਆਂ ਮੁਬਾਰਕਾਂ ਅਮਰਦੀਪ ਚਾਹਲ 인ਦੂ ਰਾਜਾ ਤੇ ਹਰਮਨਦੇਵ ਵੱਲੋਂ ਆਈਆਂ ਨੇ ਮੁਬਾਰਕਾਂ ਜੋੜੀਆਂ ਜੱਗ ਤੇ ਥੋੜੀਆਂ ਸੱਚੀ ਗੱਲ ਹੈ ਔਰ ਜੋੜੀਆਂ ਪਰਮਾਤਮਾ ਕਹਿੰਦੇ ਉਹਦੇ ਹੀ ਬਣਾ ਕੇ ਭੇਜਦਾ ਹੈ ਜਦੋਂ ਉਹਨੂੰ ਲੱਗਦਾ ਹੈ ए बंदा इस दाणी है और यत इस है और ये चीज़ा दोनों आपस में ही मिलकर एक सोहना परिवार जो है सिर सकते तो हैं परमात्मा बहुत सारिया बरकता बख्शिश करे अगली मुबारकबाद पाँच तरीक की असी देनी है मनसीरत सीरत, नू, मान सीरत ਵਾਸਾਰੀਆਂ ਮੁਬਾਰਕਾਂ ਔਰ ਪੰਜਵਾਂ 5 ਅਗਸਤ ਨੂੰ ਤੁਹਾਡਾ ਜਨਮ ਦਿਨ ਹੈ ਔਰ ਮੰਮੀ ਡੈਡੀ ਚਾਚਾ ਚਾਚੀ ਦਾਦਾ ਦਾਦੀ ਤੇ ਭਰਾ ਮਨਵੀਰ ਅੰਛਵੀਰ ਤੇ ਮਨਰਾਜ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਮਨਸੀਰਤ ਫੋਟੋ ਦੇਖ ਕੇ ਸੱਚੀ ਬਹੁਤ ਹੀ ਖੂਬਸੂਰਤ ਲੱਗ ਰਹੇ ਹੋ ਬਹੁਤ ਹੀ ਕਿਊਟ ਲੱਗਦੇ ਹੋ ਅੱਖਾਂ ਤੇ ਹਨਗਾ ਲਾ ਕੇ ਸੱਚੀ ਗੱਲ ਹੈ ਛੋਟੇ ਹੁੰਦੇ ਵੱਡੀਆਂ ਚੀਜ਼ਾਂ ਪਸੰਦ ਹੁੰਦੀਆਂ ਸੀ ਮੰਮੀ ਦੀਆਂ ਚਪਲਾ ਪਾ ਲੜੀਆਂ ਹਨ ਡੈਡੀ ਦੇ ਬੂਟ ਫਸਾਈ ਰੱਖਣੇ ਪੈਰਾ ਦੇ ਵਿੱਚ ਹਨਾ ਸਭ ਚੀਜ਼ਾਂ ਮਤਲਬ ਵੱਡੀਆਂ-ਵੱਡੀਆਂ ਲੱਗਦੀਆਂ ਚੰਗੀਆਂ ਲੱਗਦੀਆਂ ਸੀ ਪਰ ਹੁਣ ਪਤਾ ਲੱਗਦਾ ਕਿ ਛੋਟੇ ਹੁੰਦੇ ਸੀ ਚੰਗੇ ਹੁੰਦੇ ਸੀ ਤੇ ਹੁਣ ਮੁਬਾਰਕਾਂ ਮੈਂ ਅਗਲੀਆਂ ਦੇਣੀਆਂ ਨੇ 5 ਅਗਸਤ ਦੀਆਂ ਸੰਚਿਤ ਦੀਪ ਨੂੰ ਔਰ ਸੰਚਿਤ ਦੀਪ ਨੇ ਵੀ ਐਨਕਲ ਲਾਈਆਂ ਹੋਈਆਂ ਨੇ ਔਰ ਸੰਚਿਤ ਦੀਪ ਤੋਂ ਨੂੰ ਮੁਬਾਰਕਾ ਤੁਹਾਡੇ ਮਾਤਾ ਜੀ ਨੇ ਭੇਜੀਆਂ ਨੇ ਸੁਰਿੰਦਰ ਕੌਰ ਪਿਤਾ ਸੁਖਵਿੰਦਰ ਸਿੰਘ ਪੂਆ ਮਨਜੀਤ ਕੌਰ ਫੁੱਫੜ ਸੁਖਵਿੰਦਰ ਪਲਵਿੰਦਰ ਕੌਰ ਪਤਨੀ ਨਿਰਮਲ ਪੈਣਾ ਕਿਰਨ ਨਵੀ ਭਰਾ ਯੂਵੀ ਸ਼ਿਵੂ ਤੇ ਕਮਲਸਾਰੇ ਨਾਨਕੇ ਦਾਦਕੇ ਪਰਿਵਾਰ ਵੱਲੋਂ ਠੇਰ ਸਾਰੀਆਂ ਮੁਬਾਰਕਾਂ ਆਈਆਂ ਨੇ ਸੋ ਖੁਸ਼ ਰਹੋ ਪਰਦੇ ਰਹੋ ਔਰ ਬਹੁਤ ਬਹੁਤ ਸਾਰਾ ਪਿਆਰ ਡੀਡੀ ਪੰਜਾਬੀ ਵੱਲੋਂ ਮੁਬਾਰਕਾਂ ਅਗਲੀ ਅਸੀਂ ਮੁਬਾਰਕਬਾਦ ਰਾਗਬ ਜੋਸ਼ੀ ਨੂੰ ਦੇਣੀ ਹੈ 5 ਅਗਸਤ ਨੂੰ ਅਸੀਂ ਮੁਬਾਰਕਾ ਦੇ ਰਿਹਾ ਐਨਕਾ ਤਾਂ ਇਹਨੇ ਵੀ ਲਾਈਆਂ ਹੋਈਆਂ ਨੇ ਪਰ ਨਜ਼ਰ ਵਾਲੀਆਂ ਨੇ ਪਤਾ ਲੱਗਦਾ ਹੈ ਕਿ ਟੀਵੀ ਲੱਗੇ ਹੋ ਕੇ ਦੇਖਦਾ ਹੈ ਹਨਾ ਸੋ ਇਸ ਬੱਚੇ ਨੂੰ ਮੁਬਾਰਕਾਂ ਭੇਜੀਆਂ ਨੇ ਇਹਨਾਂ ਦੇ ਫਾਦਰ ਸਾਹਿਬ ਡਾਕਟਰ ਰਾਹੁਲ ਜੋਸ਼ੀ ਮਦਰ ਸੁਕ੍ਰਿਤੀ ਜੋਸ਼ੀ ਇਹਨਾਂ ਦੇ ਪ੍ਰਾਰੋਹਿਨ ਜੋਸ਼ੀ ਨੇ ਦਾਦਾ ਦਾਦੀ ਵੱਲੋਂ ਮੁਬਾਰਕਾਂ ਆਈਆਂ ਨੇ ਨਾਨੀ ਵੱਲੋਂ ਮੁਬਾਰਕਾਂ ਆਈਆਂ ਨਾਨਾ ਜੀ ਵੱਲੋਂ ਮਾਮਾ ਜੀ ਵੱਲੋਂ ਤੇ ਭੂਆ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸਾਰੇ ਡਾਕਟਰ ਪਰਿਵਾਰ ਵੱਲੋਂ ਮੁਬਾਰਕਾਂ ਨੇ ਸਾਰਿਆਂ ਦੇ ਨਾਮ ਅੱਗੇ ਡਾਕਟਰ ਲੱਗਿਆ ਹੋਇਆ ਤੇ ਮੈਂ ਕਿਹਾ ਚਲੋ ਡਾਕਟਰ ਪਰਿਵਾਰ ਦੇ ਵਿੱਚ ਇਸ ਰਾਗਵ ਨੂੰ ਅਸੀਂ ਮੁਬਾਰਕਾਂ ਦੰਨੇ ਆ और माँ बाप के सुपने जो वेखे हुए ने उन्होंने तो विच पूरे करने ने परमा उन्होंने बरकत बख्शिश करे अगली असी मुबारकबाद देनी है गुण कौर छे अगस्त उन्होंने तो का जन्मदिन है क्या बात है सची आ, ते सोनापन कुडिया बचपन के झलकद है और परमात्मा ने बड़ी बख्शिश की इन्ह परिवार उत्ते प्रभगुण वर्गी ਤੀਨ ਨੂੰ ਦੇ ਕੇ ਔਰ ਦਾਦਾ ਜੀ ਲਾਬ ਸਿੰਘ ธิਮਾਨ ਮੰਮੀ ਉਹਨਾਂ ਦੇ ਯਾਨੀ ਕਿ ਦਾਦੀ ਮਾ ਬਲਵਿੰਦਰ ਕੌਰ ਤੇ ਉਹਨਾਂ ਦੇ ਫਾਦਰ ਸਾਹਿਬ ਪਰਮਿੰਦਰ ਸਿੰਘ ਤੇ ਮੰਮੀ ਸ਼ਾਲੂ ਰਾਣੀ ਤੇ ਚਾਚਾ ਜੀ ਗੁਰਿੰਦਰ ਸਿੰਘ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਪ੍ਰਭਗੁਣ ਤੇਰ ਸਾਰੀਆਂ ਮੁਬਾਰਕਾਂ ਤੁਹਾਨੂੰ ਪਰਮਾਤਮਾ ਹਰ ਗੁਣਾ ਦੇ ਨਾਲ ਭਰਪੂਰ ਕਰੇ ਔਰ ਜਿੱਥੇ ਪਰਿਵਾਰ ਦੇ ਵਿੱਚ ਪ੍ਰਭਦਾ ਗੁਣ ਹੋਵੇ ਉੱਥੇ ਤਾਂ ਆਪਣੇ ਆਪ ਹੀ ਬਰਕਤਾਂ ਹੁੰਦੀਆਂ ਨੇ ਅਗਲੀ ਮੁਬਾਰਕ ਬਾਤ 6 ਤਰੀਕ ਦੀ ਅਸੀਂ ਦੇਣੀ ਆ ਅਮਿਤ ਨੂੰ ਔਰ ਸ਼ਿਵ ਕੁਮਾਰ ਸੇਠ ਇਹਨਾਂ ਦੇ ਫਾਦਰ ਸਾਹਿਬ ਨੇ ਭੇਜਿਆ ਨੇ ਮੁਬਾਰਕਾ ਮੰਮੀ ਰਜਨੀ ਸੇਠ ਪ੍ਰਾਸ ਉਮਿਤ ਸੇਠ ਤੇ ਸਿਸਟਰ ਇਨ ਲਾ ਪਲਵੀ ਦੇ ਵੱਲੋਂ ਮੁਬਾਰਕਾ ਆਈਆਂ ਨੇ ਸੋ ਬਹੁਤ ਸਾਰੀਆਂ ਮੁਬਾਰਕਾ ਆ ਪਾਬੀ ਦੇ ਔਰ ਦਾ ਰਿਸ਼ਤਾ ਬਹੁਤ ਹੀ ਖੂਬਸੂਰਤ ਰਿਸ਼ਤਾ ਔਰ ਇਸੇ ਤਰ੍ਹਾਂ ਹੀ ਤੁਹਾਡਾ ਪਰਿਵਾਰ ਤੇ ਵਿੱਚ ਪਿਆਰ ਬਣਿਆ ਰਹੇ ਤੁਸੀਂ ਜੋ ਮਿਹਨਤ ਕਰਦੇ ਹੋ ਜੋ ਲਗਨ ਦੇ ਨਾਲ ਆਪਣੀ ਚੀਜ਼ਾਂ ਨੂੰ ਪੂਰਾ ਕਰਨ ਦੇ ਵਿੱਚ ਲੱਗੇ ਹੋ ਪ੍ਰਮਾਤਮਾ ਜਲਦੀ ਉਹ ਪੂਰਾ ਕਰੇ ਅਗਲੀ ਮੁਬਾਰਕਬਾਦ ਅਸੀਂ ਦੇਣੀ ਹੈ ਗੁਰਵਿੰਦਰ ਸਿੰਘ ਨੂੰ 6 ਅਗਸਤ ਨੂੰ ਇਹਨਾਂ ਦਾ ਜਨਮ ਦਿਨ ਹੈ ਔਰ ਮੁਬਾਰਕਾ ਭੇਜਿਆ ਨੇ ਪਿਤਾ ਗੁਰਜੰਟ ਸਿੰਘ ਮਾਤਾ ਜਸਪਾਲ ਕੌਰ ਪ੍ਰਾਲਖਵੀਰ ਸਿੰਘ ਭੈਣ ਤੇ ਪ੍ਰਵੀਨ ਕੌਰ ਦੇ ਵੱਲੋਂ ਮੁਬਾਰਕਾ ਆਈਆਂ ਨੇ ਗੁਰਵਿੰਦਰ ờ ਟਰ ਤੁਹਾਡੀ ਹਮੇਸ਼ਾ ਕਾਇਮ ਰੱਖੇ ਪਰਮਾਤਮਾ ਔਰ ਤੁਸੀਂ ਇਸੇ ਤਰ੍ਹਾਂ ਹੀ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਦੇ ਨਾਲ ਨਿਭਾਓ ਔਰ ਅਗਲੀ ਮੁਬਾਰਕਬਾਦ ਨਰੇਸ਼ ਕੁਮਾਰ ਨੂੰ ਦੇਣੀ ਹੈ ਔਰ ਇਹ ਮੁਬਾਰਕਬਾਦ 6 ਅਗਸਤ ਦੀ ਹੈ ਔਰ ਮੁਬਾਰਕਾ ਭੀ ਜਿਆਨੇ ਉਹਨਾਂ ਦੇ ਫਾਦਰ ਉਹਨਾਂ ਦੇ ਮੰਮੀ ਵੱਲੋਂ ਮੁਬਾਰਕਾ ਨੇ ਔਰ ਉਹਨਾਂ ਦੇ ਬੱਚਿਆਂ ਵੱਲੋਂ ਸ਼ਿਵਾਨੀ ਤੇ ਹਿਮਾਂਸ਼ੂ ਭਰਾ ਵੱਲੋਂ ਮੁਬਾਰਕਾ ਨੇ ਪੈਣਾ ਵੱਲੋਂ ਮੁਬਾਰਕਾ ਨੇ ਔਰ ਸਾਰੇ ਹੀ ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰ ਸ਼ਾਮਿਲ ਨੇ ਉਹ ਮੁਬਾਰਕਾ ਤੁਹਾਨੂੰ ਟੇ ਟੇ ਸਾਰੀਆਂ ਭੇਜ ਰਹੇ ਨੇ ਔਰ ਟੇ ਸਾਰੀਆਂ ਮੁਬਾਰਕਾ ਸਾਡੇ ਵੱਲੋਂ ਵੀ ਤੁਹਾਨੂੰ ਜਸ ਕੀਰਤਕੌਰ ਨੂੰ ਅਸੀਂ ਮੁਬਾਰਕਾ ਦੇਣੀਆਂ ਨੇ 7 ਅਗਸਤ ਨੂੰ ਉਹਨਾਂ ਦਾ ਜਨਮ ਦਿਨ ਹੈ ਔਰ ਇਹ ਮੁਬਾਰਕਾ ਇਸ ਨੰਨੀ ਪਰੀ ਨੂੰ ਭੇਜੀਆਂ ਨੇ ਦਾਦਾ ਦਾਦੀ ਨੇ ਸੰਤੋਖ ਸਿੰਘ ਮਿਸਤਰੀ ਤੇ ਚਰਨਜੀਤ ਕੌਰ ਨੇ ਮੰਮੀ ਤੇ ਡੈਡ ਜੋਗਮੋਹਨ ਸਿੰਘ ਮਨਦੀਪ ਕੌਰ ਪੂਆਜੀ ਤੇ ਫੁਫੜ ਜੀ ਸਰਬਜੀਤ ਕੌਰ ਜਲੰਧਰ ਤੋਂ ਬਲਜੀਤ ਸਿੰਘ ਜਲੰਧਰ ਤੋਂ ਮੁਬਾਰਕਾ ਭੇਜੀਆਂ ਨੇ ਔਰ ਫੁਲਵਾੜੀ ਦੇ ਵਿੱਚ ਮੈਂ ਕਦੇ ਫੁੱਲ ਭੈਣਪਰਾਜ ਸਨੀਤ ਹਰਬਲਜੀਤ ਤੇ ਵੱਲੋਂ ਮੁਬਾਰਕਾ ਆਈਆਂ ਨੇ ਸੋ ਇਸ ਪਿਆਰ ਬੜੀ ਮੁਬਾਰਕ ਦੇ ਵਿੱਚ ਪਿਆਰ ਭਰੀਆਂ ਮੁਬਾਰਕਾਂ ਜਿਹੜੀ ਪੰਜਾਬੀ ਵੱਲੋਂ ਵੀ ਤਨੁਸ਼ ਚਲਾਣਾ ਨੂੰ ਅਸੀਂ ਮੁਬਾਰਕਾਂ ਦੇ ਰਿਆਂ 7 ਅਗਸਤ ਨੂੰ ਔਰ ਇਹਨਾਂ ਨੂੰ ਮੁਬਾਰਕਾਂ ਇਹਨਾਂ ਦੇ ਦਾਦਾ ਦਾਦੀ ਵੱਲੋਂ ਮੁਬਾਰਕਾਂ ਨੇ ਵਿਜੇ ਕੁਮਾਰ ਤੇ ਬਿਮਲਾ ਰਾਣੀ ਫਾਦਰ ਦੀਪਕ ਚਲਾਣਾ ਤੇ ਮੰਮੀ ਦਿਆ ਚਲਾਣਾ ਦੇ ਵੱਲੋਂ ਮੁਬਾਰਕਾਂ ਨੇ ਤੇ ਸਾਰਿਆਂ ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰ ਸ਼ਾਮਿਲ ਨੇ ਉਹਨਾਂ ਵੱਲੋਂ ਢੇਰ ਸਾਰੀਆਂ ਮੁਬਾਰਕਾਂ ਤੇ ਤੁਹਾਡੇ ਪਰਿਵਾਰ ਦੇ ਵਿੱਚ ਅਸੀਂ ਵੀ ਆ ਤੇ ਜੀ ਜੀ ਪੰਜਾਬੀ ਵੱਲੋਂ ਵੀ ਮੁਬਾਰਕਾਂ ਅ ਗੁੜੀਪ ਸਿੰਘ ਨੂੰ ਅਸੀਂ ਮੁਬਾਰਕਾ ਦੇ ਰਹੇ ਹਾਂ ਅਗਲੀ ਜਿਹੜੀ 7 ਅਗਸਤ ਦੀ ਮੁਬਾਰਕਾ ਭੇਜੀਆਂ ਨੇ ਗੁਜਰਾਤ ਤੋਂ ਮੁਬਾਰਕਾ ਆਈਆਂ ਨੇ ਕੀ ਬਾਤ ਹੈ ਮਾਤਾ ਪਿਤਾ ਸੁਖਵਿੰਦਰ ਕੌਰ ਗੁਰਮੁਖ ਸਿੰਘ ਪਤਨੀ ਜਸਪ੍ਰੀਤ ਕੌਰ ਬੇਟੀ ਚਹਲীন ਭੈਣਾ ਤੇ ਜੀਜਾ ਜੀਜੇ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਗੁਰਪ੍ਰੀਤ ਕੌਰ ਤੇ ਨਰੇਸ਼ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਸਾਡੇ ਵੱਲੋਂ ਵੀ ਬਹੁਤ ਸਾਰੀਆਂ ਮੁਬਾਰਕਾਂ ਕਹਿੰਦੇ ਨੇ ਕਿ ਇੱਕ ਖੂਬਸੂਰਤ ਤੀ ਦਾ ਦੌਰ ਹੁੰਦਾ ਹੈ ਸਮਾਂ ਜਿਸ ਦੇ ਵਿੱਚ ਅਸੀਂ ਆਪਣੇ ਸਾਰੇ ਹੀ ਪਰਿਵਾਰ ਨੂੰ ਇੱਕ ਮਾਲਾ ਦੇ ਵਿੱਚ ਪਰੋ ਕੇ ਰੱਖਦੇ ਹਾਂ ਸੋ ਇਹੋ ਜਈਆਂ ਹੁੰਦੀਆਂ ਨੇ ਸਾਡੀਆਂ ਬਖਸ਼ੀਸ਼ਾਂ ਪਰਮਾਤਮਾ ਵੱਲੋਂ ਔਰ ਇਹੋ ਜੇ ਸਾਨੂੰ ਆਪਣੇ ਮਾਤਾ ਪਿਤਾ ਤੋਂ ਖਿਆਲ ਮਿਲਦੇ ਨੇ ਜਿਨ੍ਹਾਂ ਕਰਕੇ ਅਸੀਂ ਆਪਣੇ ਖਿਆਲਾਂ ਨੂੰ ਅੱਗੇ ਪੁਗਾਉਂਦੇ ਹਾਂ ਤੇ ਅੱਗੇ ਲੈ ਕੇ ਚੱਲਦੇ ਹਾਂ ਅਗਲੀ ਮੁਬਾਰਕਬਾਦ ਅਸੀਂ ਦੇਣੀ ਹੈ 7 ਅਗਸਤ ਦੀ ਨਵਦੀਪ ਸਿੰਘ ਦੋਸਾਂਝ ਨੂੰ ਔਰ ਨਵਦੀਪ ਸਿੰਘ ਦੋਸਾਂਝ ਨੂੰ ਢੇਰ ਸਾਰੀਆਂ ਮੁਬਾਰਕਾਂ ਭੇਜੀਆਂ ਨੇ ਇਹਨਾਂ ਦੇ ਮੰਮੀ ਕੁਲਵਿੰਦਰ ਕੌਰ ਦੋਸਾਂਝ ਵੱਲੋਂ ਔਰ ਇਹਨਾਂ ਦੇ ਪਾਪਾ ਗੁਰਮੀਲ ਸਿੰਘ ਦੋਸਾਂਝ ਦੇ ਵੱਲੋਂ ਅ ਖਾਸ ਕਰਕੇ ਮੁਬਾਰਕਾ ਪੇਜੀਆਂ ਨੇ ਇਹਨਾਂ ਦੇ ਜਿਹੜੇ ਹੈਗੇ ਆ ਸੰਧੂ ਫੈਮਿਲੀ ਵੱਲੋਂ ਮੁਬਾਰਕਾ ਨੇ ਨਾਨਕਾ ਤੇ ਦਾਦਕਾ ਪਰਿਵਾਰ ਹਰਲੀਵ ਦੇ ਵੱਲੋਂ ਮੁਬਾਰਕਾ ਆਈਆਂ ਨੇ ਔਰ ਮਾਸੀ ਵੱਲੋਂ ਤੇ ਸਾਰੀਆਂ ਮੁਬਾਰਕਾ ਨੇ ਤੇਜੀ ਸੰਧੂ ਮਨੀਦੂਸਾਂ ਤੇ ਸਨੀਦੂਸਾਂਜ ਜਿਹੜੇ ਕੀ ਇਹਨਾਂ ਦੇ ਦੋਸਤ ਨੇ ਭਰਾ ਨੇ ਉਹਨਾਂ ਵੱਲੋਂ ਮੁਬਾਰਕਾ ਆਈਆਂ ਨੇ ਪੁੱਤ ਪਰਦੇਸੀ ਹੋਏ ਸੱਚੀ ਉਦਾਂ ਮਾਵਾ ਦਾ ਤਾਂ ਭੇਜਣ ਨੂੰ ਦਿਲ ਨਹੀਂ ਕਰਦਾ ਜਦੋਂ ਖਿਆਲ ਹੁੰਦਾ ਹੈ ਰੋਟੀ ਦਾ ਰਿਜ਼ਕ ਦਾ ਖਿਆਲ ਹੁੰਦਾ ਹੈ ਤਾਂ ਫਿਰ ਕਿਤੇ ਨਾ ਕਿਤੇ ਕੰਮ ਦੀ ਭਾਲ ਦੇ ਵਿੱਚ ਆਪਣਾ ਦੇਸ਼ ਵੀ ਛੱਡਣਾ ਪੈਂਦਾ ਆਪਣਾ ਘਰ ਵੀ ਛੱਡਣਾ ਪੈਂਦਾ ਹੈ ਸੋ ਮਾਮਾ ਵੱਲੋਂ ਹਮੇਸ਼ਾ ਦੁਆਵਾਂ ਹੁੰਦੀਆਂ ਨੇ ਕਿ ਪੁੱਤ ਪਰਦੇਸੀ ਹਮੇਸ਼ਾ ਹੀ ਸੁਖੀ ਵਸਣ ਔਰ ਜਿੰਨੀਆਂ ਵੀ ਖੁਸ਼ੀਆਂ ਉਹਨਾਂ ਨੂੰ ਅਸੀਂ ਦੇ ਸਕੀਏ ਪ੍ਰਮਾਤਮਾ ਦੇਵੇ ਇਹੀ ਦੁਆਵਾਂ ਦੇ ਨਾਲ ਹੱਥ ਉੱਠਦੇ ਨੇ ਇਹੀ ਦੁਆਵਾਂ ਦੇ ਨਾਲ ਹੱਥ ਸਿਰਾਂ ਤੇ ਰੱਖੇ ਜਾਂਦੇ ਨੇ ਔਰ ਜਦੋਂ ਦੋਸਤੀ ਦੀ ਅਸੀਂ ਗੱਲ ਕਰਦੇ ਆ ਨਾ ਬੜਾ ਖੂਬਸੂਰਤ ਰਿਸ਼ਤਾ ਹੁੰਦਾ ਹੈ ਔਰ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਅਗਰ ਤੁਹਾਨੂੰ ਦੋਸਤ ਚੰਗਾ ਮਿਲ ਜਵੇ ਤੁਹਾਨੂੰ ਜ਼ਿੰਦਗੀ ਜ਼ਿੰਦਗੀ ਲੱਗਦੀ ਹੈ ਖੂਬਸੂਰਤ ਲੱਗਦੀ ਹੈ ਤੁਹਾਨੂੰ ਲੱਗਦਾ ਹੈ ਕਿ ਅਸੀਂ ਦੁੱਖ ਸੁੱਖ ਦੇ ਵਿੱਚ ਧੁੱਪ ਛਾਂ ਦੇ ਵਿੱਚ ਉਹਨੂੰ ਹਮੇਸ਼ਾ ਆਪਣੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜਾ ਮਹਿਸੂਸ ਕਰਦੇ ਆ ਸੋ ਜਿਨ੍ਹਾਂ ਨੂੰ ਦੋਸਤ ਆਪਣੇ ਭਰਾਵਾਂ ਵਰਗੇ ਮਿਲ ਜਾਂਦੇ ਉਹਨਾਂ ਨਾਲ ਦੀ ਤਾਂ ਕੋਈ ਰੀਸ ਹੀ ਨਹੀਂ ਹੁੰਦੀ ਸੱਚੀ ਗੱਲ ਹੈ ਭਰਾਵਾਂ ਦੀ ਫਿਰ ਕਮੀ ਨਹੀਂ ਹੁੰਦੀ ਜੇਕਰ ਪ੍ਰਮਾਤਮਾ ਇਦਾਂ ਦੇ ਰਿਸ਼ਤੇ ਬਣਾਉਂਦਾ ਹੈ ਤਾਂ ਉਹਨਾਂ ਨੂੰ ਸੰਜੋਗ ਕੇ ਰੱਖਣਾ ਦੋਨੋਂ ਤਰਫ ਦੋਨੋਂ ਜਿਹੜੇ ਸੰਬੰਧ ਹੁੰਦੇ ਨੇ ਦੋਨਾਂ ਪਾਸਿਆਂ ਤੋਂ ਜਿਹੜਾ ਹੈ ਉਹ ਇੱਕ ਕੋਸ਼ਿਸ਼ ਕੀਤੀ ਜਾਵੇ ਤਾਂ ਹਮੇਸ਼ਾ ਤੁਰ ਸਿਰ ਚੜਦੇ ਨੇ ਸੋ ਇਹੋ ਜਿਹਾ ਰਿਸ਼ਤਾ ਸਾਡਾ ਤੁਹਾਡੇ ਨਾਲ ਹੁੰਦਾ ਹੈ ਔਰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੀਆਂ ਵੀ ਸਾਡੇ ਕੋਲ ਮੇਲਸ ਤੁਸੀਂ ਭੇਜੀਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਸ਼ਾਮਿਲ ਕਰੀਏ ਔਰ ਪਰ ਇੱਕ ਗੁਜਾਰਿਸ਼ ਕਰਦੇ ਆ ਕਿ ਜਦੋਂ ਵੀ ਤੁਸੀਂ ਮੇਲ ਭੇਜਦੇ ਹੋ ਸਾਨੂੰ ਸ਼ੁੱਕਰਵਾਰ 12 ਵਜੇ ਤੱਕ ਕਰ ਜ਼ਰੂਰ ਭੇਜ ਦਿਆ ਕਰੋ ਤਾਂ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕੀਏ ਕਿਉਂਕਿ ਇੱਕ ਵੱਡੀ ਮਿਹਨਤ ਹੁੰਦੀ ਹੈ ਲਿਸਟ ਤਿਆਰ ਕੀਤੀ ਜਾਂਦੀ ਹੈ ਤੁਹਾਡੀਆਂ ਫੋਟੋਆਂ ਦੇਖੀਆਂ ਜਾਂਦੀਆਂ ਨੇ ਬਣਾਈਆਂ ਜਾਂਦੀਆਂ ਨੇ ਸਭ ਕੁਝ ਜਿਹੜੀ ਮਿਹਨਤ ਹੈ ਉਹ ਪਿੱਛੇ ਬੜੀ ਵੱਡੀ ਟੀਮ ਹੈ ਸਾਡੀ ਜਿਹੜੀ ਕੰਮ ਕਰਦੀ ਹੈ ਇਸ ਕਰਕੇ ਤੁਹਾਨੂੰ ਗੁਜਾਰਿਸ਼ ਕਰਦੇ ਆ ਕਿ ਤੁਸੀਂ ਸ਼ੁੱਕਰਵਾਰ ਨੂੰ 12 ਵਜੇ ਤੋਂ ਪਹਿਲਾਂ ਪਹਿਲਾਂ ਭੇਜ ਦਿਆ ਕਰੋ ਔਰ ਜਿੰਨੇ ਵੀ ਪਰਿਵਾਰ ਦੇ ਮੈਂਬਰ ਸ਼ਾਮਿਲ ਹੁੰਦੇ ਨੇ ਕਈ ਵਾਰ ਅ ਜਿਹੜੀ ਸਾਡੇ ਕੋਲ ਮੇਲਸ ਬਹੁਤ ਸਾਰੀਆਂ ਆਈਆਂ ਹੁੰਦੀਆਂ ਨੇ ਜਦੋਂ ਪਰਿਵਾਰ ਦੇ ਜੀਆ ਦਾ ਜੀ ਕਹਿੰਦੇ ਆ ਅਸੀਂ ਉਹਨਾਂ ਦੇ ਨਾਮ ਵੀ ਸ਼ਾਮਿਲ ਆਪਣੇ ਆਪ ਹੀ ਹੋ ਜਾਂਦੇ ਨੇ ਇੱਕ ਹੋਰ ਗੁਜਾਰਿਸ਼ ਕਰਨੀ ਹੈ ਆਪਣਾ ਜਦੋਂ ਵੀ ਤੁਸੀਂ ਮੇਲ ਪੇਜ ਦਿਓ ਫੋਨ ਨੰਬਰ ਜ਼ਰੂਰ ਲਿਖ ਕੇ ਪੇਜਿਆ ਕਰੋ ਕਿ ਕਈ ਵਾਰ ਹੁੰਦਾ ਹੈ ਕਿ ਉਹ ਜਦੋਂ ਅਸੀਂ ਕੋਈ ਉਣਤਾਈ ਰਹਿ ਜਾਂਦੀ ਹੈ ਤਾਂ ਅਸੀਂ ਜਲਦੀ ਤੋਂ ਜਲਦੀ ਤੁਹਾਨੂੰ ਫੋਨ ਕਰਕੇ ਉਹ ਪਤਾ ਕਰ ਸਕਦੇ ਹਾਂ ਤੇ ਸਾਡਾ ਈਮੇਲ ਆਈਡੀ ਤੁਸੀਂ ਨੋਟ ਕਰ ਲਓ ਜਿੱਥੇ ਤੁਸੀਂ ਆਪਣੇ ਪਿਆਰਿਆਂ ਦਾ ਸੁਨੇਹੇ ਭੇਜਣੇ ਨੇ sneheddi_punjabi@gmail.com ਇਹ ਸਾਡੀ ਈਮੇਲ ਆਈਡੀ ਹੈ ਇਸ ਪੱਤੇ ਉੱਤੇ ਫਟਾਫਟ ਤੁਸੀਂ ਸਾਨੂੰ ਈਮੇਲ ਭੇਜਣੀ ਹੈ ਸ਼ੁੱਕਰਵਾਰ 12 ਵਜੇ ਤੋਂ ਪਹਿਲਾਂ ਪਹਿਲਾਂ ਔਰ ਧਿਆਨ ਰੱਖਣਾ ਹੈ ਕਿ ਉਸ ਹਫ਼ਤੇ ਦੇ ਵਿੱਚ ਯਾਨੀ ਕਿ ਅੱਜ 1 ਤਰੀਕ ਹੈ 7 ਤਰੀਕ ਤੱਕ ਜਿਹੜੀਆਂ ਹੈਗਿਆ ਅਸੀਂ ਹੁਣ ਦਵਾਵਾਂ ਤੁਹਾਡੀਆਂ ਜਿਹੜੀਆਂ ਤੁਸੀਂ ਭੇਜੀਆਂ ਨੇ ਆਪਣੇ ਪਿਆਰਿਆਂ ਨੂੰ ਅਸੀਂ ਸ਼ਾਮਿਲ ਕੀਤੀਆਂ ਨੇ ਤੇ ਬਸ ਸਮਾਂ ਥੋੜਾ ਜਿਹਾ ਰਹਿ ਗਿਆ ਹੈ ਜਿੱਥੇ ਮੈਂ ਤੁਹਾਡੇ ਤੋਂ ਆਗਿਆ ਲੈਣੀ ਹੈ ਜਾਂਦੇ ਜਾਂਦੇ ਹੋਏ ਇੱਕ ਸੁਨੇਹਾ ਮੇਰੇ ਵੱਲੋਂ ਵੀ ਔਰ ਡੀਡੀ ਪਰਿਵਾਰ ਦੇ ਵੱਲੋਂ ਵੀ ਔਰ ਇਹ ਸੁਨੇਹਾ ਹੈ ਕਿ ਅੱਜ ਆਪਾਂ ਸਾਰਿਆਂ ਜਾਣਿਆ ਨੇ ਸੁਰਾਂਝਲੀ ਪ੍ਰੋਗਰਾਮ ਦੇਖਣਾ ਹੈ ਔਰ ਹੈਪੀ ਨਾਰਕ ਜੀ ਆਣਗੇ ਜਿਹੜੀ ਕਿ ਗੀਤਾਂ ਤੇ ਗਜ਼ਲ ਦੇ ਨਾਲ ਸਾਡਾ ਮਨੋਰੰਜਨ ਕਰਨਗੇ ਆਪਣੀ ਜਿਹੜੀ ਸਵੇਰ ਹੈ ਬਹੁਤ ਖੂਬਸੂਰਤ ਬਣਾਣਗੇ ਠੀਕ 11 ਵਜੇ ਪ੍ਰੋਗਰਾਮ ਹੋਏਗਾ ਸੁਰਾਂਝਲੀ ਔਰ ਸ਼ਾਮ 8 ਵਜੇ ਵੀ ਤੁਸੀਂ ਇਹਦਾ ਮੂਡ ਪ੍ਰਸਾਰਣ ਦੇਖ ਸਕਦੇ ਹੋ ਫਿਲਹਾਲ ਵੇਲਾ ਹੋ ਚੁੱਕਿਆ ਹੈ ਤੁਹਾਡੇ ਤੋਂ ਅੱਗੇ ਲੈਣ ਦਾ ਤੁਸੀਂ ਖੁਸ਼ ਰਹੋ ਹਮੇਸ਼ਾ ਹੱਸਦੇ ਵਸਦੇ ਰਹੋ ਔਰ ਜਿੰਨੀਆਂ ਨੇ ਵੀ ਮੁਬਾਰਕਾ ਭੇਜੀਆਂ ਨੇ ਔਰ ਨਈ ਵੀ ਭੇਜ ਹੋਈਆਂ ਉਹਨਾਂ ਨੂੰ ਟੇ ਟੇ ਸਾਰੀਆਂ ਮੁਬਾਰਕਾਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਨਾਲ ਰਹੋ ਮੈਨੂੰ ਕਮਲਪ੍ਰੀਤ ਕੌਰ ਨੂੰ ਦਿਓ ਆ ਗਿਆ ਬਹੁਤ ਬਹੁਤ ਸ਼ੁਕਰੀਆ